ਸਾਰਾਗੜ੍ਹੀ ਦੀ ਜੰਗ ਦਾ ਇਤਿਹਾਸ ਕਿਸੇ ਦੇ ਵੀ ਲੂ ਕੰਡੇ ਖੜੇ ਕਰ ਦੇਣ ਵਾਲਾ ਇਤਿਹਾਸ ਹੈ। ਉਹ 21 ਸਿੰਘ ਜਿਨ੍ਹਾਂ ਦੀ ਸ਼ਹਾਦਤ, ਜਿਨ੍ਹਾਂ ਦਾ ਜੋਸ਼ ਕਦੇ ਨਾ ਭੁੱਲਣ ਵਾਲਾ ਹੈ, ਤੇ ਉਹਨਾਂ 21 ਸਿੰਘਾਂ ਨੂੰ ਸਜਦਾ ਕੀਤਾ ਹੈ। ਫਿਲਮ ਕੇਸਰੀ ਦੇ ਵਿੱਚ ਉਹਨਾਂ ਸਿੰਘਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਹੈ, ਉਹਨਾਂ ਦੇ ਜੋਸ਼ ਨੂੰ, ਉਹਨਾਂ ਦੇ ਜਜ਼ਬੇ ਨੂੰ ਬਿਆਨ ਕੀਤਾ ਗਿਆ ਹੈ। ਤੇ ਉਸੇ ਫਿਲਮ ਦੇ ਵਿੱਚ, ਕੇਸਰੀ ਫਿਲਮ ਦੇ ਵਿੱਚ ਹੀਰਾ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਵਿਕਰਮ ਚੌਹਾਨ ਸਾਡੇ ਨਾਲ ਮੌਜੂਦ ਨੇ। ਇਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ, ਕੇਸਰੀ ਫਿਲਮ ਦਾ ਸਫ਼ਰ ਕਿਸ ਤਰ੍ਹਾਂ, ਇਸਦੀ ਸ਼ੁਰੂਆਤ ਹੋਈ ਕਿਸ ਤਰ੍ਹਾਂ, ਤੁਹਾਡੇ ਤੱਕ ਪਹੁੰਚਿਆ ਗਿਆ ਕਿ ਤੁਸੀਂ ਉਹਨਾਂ 21 ਸਿੰਘਾਂ ਦੇ ਵਿੱਚੋਂ ਇੱਕ ਸਿੰਘ ਦਾ ਕਿਰਦਾਰ ਨਿਭਾਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਡੇਲੀ ਪੋਸਟ ਦੀ ਸਾਰੀ ਆਡੀਅੰਸ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੇਸਰੀ ਨਾਲ ਮੇਰਾ ਸਫ਼ਰ 2 ਸਾਲ ਚੱਲਦਾ ਰਿਹਾ ਜੀ। ਕੇਸਰੀ ਨਾਲ ਮੇਰਾ ਸਫ਼ਰ ਸ਼ੁਰੂ ਹੋਇਆ ਜੁਲਾਈ 2017 ਵਿੱਚ। ਐਕਚੁਅਲ ਕੀ ਸੀ ਕਿ ਇਸ ਫਿਲਮ ਦਾ ਜਿਹੜਾ ਕ੍ਰਾਈਟੇਰੀਆ ਸੀ ਉਹ ਓਰਿਜਿਨਲ ਸੀ। ਇਹ ਐਡਾ ਵੱਡਾ ਸਬਜੈਕਟ ਸੀ, ਹਿਸਟੋਰੀਕਲ ਫਾਈਟ ਸੀ, ਵਰਲਡ 'ਚ ਗਿਣੀ ਜਾਣ ਵਾਲੀ ਫਾਈਟ ਹੈ। ਤਾਂ ਉਹਦੇ ਲਈ ਸਾਡੇ ਡਾਇਰੈਕਟਰ ਅਤੇ ਸਾਡੀ ਜਿਹੜੀ ਕਾਸਟਿੰਗ ਟੀਮ ਹੈ ਜਾਂ ਧਰਮਾ ਪ੍ਰੋਡਕਸ਼ਨ ਨੇ, ਉਹ ਵੈਰੀ ਸਿੰਸੀਅਰ ਸੀਗੇ ਕਿ ਉਹ ਕਿਰਦਾਰਾਂ ਦੇ ਬਹੁਤ ਨੇੜੇ ਹੋ ਕੇ ਅਤੇ ਓਰਿਜਿਨਲ ਰਹਿ ਕੇ ਕੰਮ ਕਰਨਾ ਚਾਹੁੰਦੇ ਸੀ ਜੀ। ਉਹਦੇ ਲਈ ਉਹਨਾਂ ਨੇ, ਇਹ ਬਹੁਤ ਅੱਛੀ ਗੱਲ ਹੈ, ਸਾਡੀ ਖੁਸ਼ਕਿਸਮਤੀ ਹੈ ਇਹਨੂੰ ਕਹਿ ਲਓ, ਅਨੁਰਾਗ ਸਰ ਲਈ ਥੈਂਕਸ ਹਾਂ ਅਸੀਂ ਇਸ ਗੱਲ ਲਈ, ਅਨੁਰਾਗ ਸਰ ਦਾ, ਧਰਮਾ ਪ੍ਰੋਡਕਸ਼ਨ ਦਾ, ਕਰਨ ਚੌਹਰ ਸਰ ਦਾ, ਕਿ ਉਹਨਾਂ ਨੇ ਇਹਨਾਂ ਕਿਰਦਾਰਾਂ ਲਈ ਇਸ ਜਗ੍ਹਾ ਕਿ ਸੈਲੀਬ੍ਰਿਟੀਜ਼ ਨੂੰ ਲੈਂਦੇ, ਉਹਨਾਂ ਨੇ ਓਰਿਜਿਨਲ ਕਰੈਕਟਰਸ ਲਏ। ਉਹਦੇ ਲਈ ਉਹਨਾਂ ਨੇ ਆਲ ਓਵਰ ਇੰਡੀਆ ਆਡੀਸ਼ਨਸ ਕੀਤੇ, ਚੰਡੀਗੜ੍ਹ, ਅੰਮ੍ਰਿਤਸਰ, ਪਟਿਆਲਾ, ਬੰਬੇ, ਦਿੱਲੀ, ਹਰ ਜਗ੍ਹਾ ਜਿੱਥੇ ਵੀ ਉਹਨਾਂ ਨੂੰ ਪੋਸੀਬਲ ਹੋਇਆ ਉਹਨਾਂ ਨੇ ਆਡੀਸ਼ਨਸ ਕੀਤੇ। ਉਹਨਾਂ ਆਡੀਸ਼ਨਸ ਦੇ ਵਿੱਚ ਉਹਨਾਂ ਦੇ ਜਿਹੜੇ ਕਰੈਕਟਰਾਂ ਨੂੰ ਸੂਟ ਕਰਦੇ ਚਿਹਰੇ ਸੀ ਜਾਂ ਐਕਟਰਸ ਸੀਗੇ, ਉਹ ਉਹਨਾਂ ਨੇ ਸਿਲੈਕਟ ਕੀਤੇ, ਉਹਨਾਂ ਨੂੰ ਟ੍ਰੇਨਡ ਕੀਤਾ, ਅਤੇ ਫਿਰ ਉਹਨਾਂ ਤੋਂ ਜਾ ਕੇ ਸ਼ੂਟਿੰਗ ਦੇ ਉੱਤੇ ਕੰਮ ਲਿਆ ਗਿਆ ਵਾ। ਟ੍ਰੇਨਿੰਗ ਕਿੰਨੀ ਕੁ ਮੁਸ਼ਕਲ ਸੀ, ਕਿਉਂਕਿ ਇੱਕ ਅਜਿਹਾ ਕਿਰਦਾਰ ਨਿਭਾਉਣਾ ਜਿਹੜਾ ਅੱਖਾਂ ਵਿੱਚ ਹੰਝੂ ਲਿਆ ਦੇ, ਇਹ ਬੜਾ ਬੜਾ ਵੱਡਾ ਪੁਆਇੰਟ ਹੈ, ਬੜੀ ਵੱਡੀ ਗੱਲ ਹੈ ਕਿ ਤੁਸੀਂ ਇੱਕ ਅਜਿਹਾ ਕਿਰਦਾਰ ਨਿਭਾ ਰਹੇ ਹੋ ਇਤਿਹਾਸ ਵਿੱਚ, ਜਿਸ ਕਿਰਦਾਰ ਦਾ ਨਾਮ ਇਤਿਹਾਸ ਦੇ ਪੰਨਿਆਂ ਵਿੱਚ ਰਚਿਆ ਜਾ ਚੁੱਕਾ। ਐਕਚੁਅਲੀ ਇਹ ਗੱਲ ਸਿਰਫ ਇੰਨੀ ਕਿ ਨਹੀਂ ਸੀ ਕਿ ਇਹ ਗੱਲ ਐਕਟਿੰਗ ਤੱਕ ਸੀਮਤ ਨਹੀਂ ਸੀਗੀ। ਜਿਨ੍ਹਾਂ ਲੋਕਾਂ ਦਾ ਸੀ ਕਿਰਦਾਰ ਕਰਨਾ ਸੀ, ਉਹਨਾਂ ਦੀ ਪੂਰੇ ਆਲ ਓਵਰ ਵਰਲਡ ਸਮਾਜ ਦੇ ਵਿੱਚ ਇੱਕ ਇਮੇਜ ਹੈ, ਜਿਹੜੀ ਉਹ ਇਮੇਜ ਹੈ ਉਹਨੂੰ ਵੀ ਬਰਕਰਾਰ ਰੱਖਣਾ ਸੀ। ਉਹਦੇ 'ਤੇ ਖਰਾ ਉਤਰਨ ਲਈ ਜਿਨ੍ਹਾਂ ਕਿਰਦਾਰਾਂ ਨੇ, ਜਿਨ੍ਹਾਂ ਵੀ ਆਰਟਿਸਟਾਂ ਨੇ ਉਹਨਾਂ ਨੂੰ ਪਲੇ ਕਰਨਾ ਸੀ, ਉਹਨਾਂ ਨੂੰ ਹੂਬਹੂ ਉਹਨਾਂ ਵਾਂਗੂ ਤਿਆਰ ਕੀਤਾ ਜਾਣਾ ਸੀ। ਸੋ ਕਿਤੇ ਵੀ ਇਹ ਨਹੀਂ ਸੀ ਕਿ ਕੋਈ ਟ੍ਰੇਨਿੰਗ ਸ਼ੌਕੀਆ ਸੀ ਜਾਂ ਕੋਈ TRP ਲਈ ਟ੍ਰੇਨਿੰਗ ਕੀਤੀ ਗਈ ਸੀ, ਉਹ ਰੀਅਲ ਟ੍ਰੇਨਿੰਗ ਸੀ, ਉਹ ਫੌਜੀ ਸੀ, ਪ੍ਰੋਪਰ ਫੌਜੀ ਟ੍ਰੇਨਿੰਗ ਦਿੱਤੀ ਗਈ, ਜਿਹਦੇ ਵਿੱਚ ਸਾਨੂੰ ਕੁਸ਼ਤੀ, ਸ਼ੂਟਿੰਗ, ਗਨਸ, ਜਿਹੜੀਆਂ ਉਸ ਟਾਈਮ ਦੀਆਂ ਗਨਸ ਸੀ, ਅੱਜ ਤੋਂ ਹੈ ਵੀ ਨਹੀਂ, ਉਸ ਟਾਈਮ ਦੀਆਂ ਗਨਸ ਇਸ ਤਰ੍ਹਾਂ ਦੀਆਂ ਸੀਗੀ, ਅੱਜ ਕੱਲ੍ਹ ਤਾਂ 1 ਰਾਊਂਡ ਫਾਇਰ ਕਰੋ ਤਾਂ 100-100 ਬੁਲੇਟਸ ਨਿਕਲ ਜਾਂਦੀਆਂ ਨੇ। ਉਹ ਜਿਹੜੀਆਂ ਗਨਸ ਸੀਗੀਆਂ ਉਹ ਇਸ ਤਰ੍ਹਾਂ ਸੀ ਕਿ ਉਹਨਾਂ 'ਚ 1 ਬੁਲੇਟ ਲੋਡ ਕਰਨੀ ਪੈਂਦੀ ਸੀਗੀ, ਫਾਇਰ ਕਰਨੀ ਪੈਂਦੀ ਸੀ, ਮਤਲਬ ਅਨਲੋਡ ਕਰਨੀ ਪੈਂਦੀ ਸੀ, ਫਿਰ ਰੀਲੋਡ ਕਰਨੀ ਪੈਂਦੀ ਸੀ, ਫਿਰ ਫਾਇਰ ਕਰੋ। ਉਹ ਸਿਸਟਮ ਦੇ ਵਿੱਚ ਫਿਰ ਉਹ ਜਿਹੜੀਆਂ ਗਨਸ ਸੀਗੀਆਂ ਉਸ ਟਾਈਮ ਦੀ, ਹਾਂ, ਅਤੇ ਉਹ ਬਹੁਤ ਜ਼ਿਆਦਾ ਮਤਲਬ ਸ਼ੈਡਿਊਲ ਰਿਸਕੀ ਕੰਮ ਸੀਗਾ। ਅਤੇ ਕੁਸ਼ਤੀ ਕੀਤੀ, ਮਤਲਬ ਟ੍ਰੇਨਿੰਗ ਦੌਰਾਨ ਜਿੰਨੇ ਐਕਟਰ ਨੇ ਲਗਭਗ ਸਭ ਨੇ ਸੱਟਾਂ ਖਾਧੀਆਂ ਨੇ, ਕੋਈ ਮਤਲਬ ਐਡੀ ਸੌਖੀ ਟ੍ਰੇਨਿੰਗ ਨਹੀਂ ਸੀ, ਪ੍ਰੋਪਰ ਫੌਜੀਆਂ ਵਾਲੀ ਟ੍ਰੇਨਿੰਗ ਸੀ। ਸਵੇਰੇ 4 ਵਜੇ ਉੱਠਣਾ, ਸਪਿਲਟਾਂ, ਭੱਜਣਾ, ਐਕਸਰਸਾਈਜ਼, ਜਿਮਿੰਗ, ਹਾਂਜੀ, ਉਸ ਤੋਂ ਬਾਅਦ ਪਰੇਡ, ਉਸ ਟਾਈਮ ਦੀ ਪਰੇਡ ਅਤੇ ਅੱਜ ਦੀ ਪਰੇਡ ਦਾ ਫਰਕ ਹੈ ਜੀ, ਹਾਂਜੀ, ਉਸ ਟਾਈਮ ਦੀ ਪਰੇਡ, ਅਤੇ ਉਸ ਤੋਂ ਬਾਅਦ ਐਕਟਿੰਗ ਕਲਾਸਿਸ, ਤੁਹਾਨੂੰ ਕਰੈਕਟਰ ਦੇ ਵਿੱਚ ਟੂ ਗੈਟ ਇਨ ਸਕਿਨ ਆਫ ਦਾ ਕਰੈਕਟਰ, ਤੁਹਾਨੂੰ ਟ੍ਰੇਨਿੰਗ ਦੇਣੀ ਉਹਦੇ ਲਈ, ਐਕਟਿੰਗ ਕਲਾਸਿਸ, NSG ਦੇ ਪਾਸ ਆਊਟ,
ਰਕੇਸ਼ ਸਰ ਨੇ ਜਿਨ੍ਹਾਂ ਨੇ ਕਲਾਸਿਸ ਲਈਆਂ ਸੀ, ਯਾਕੂਬ ਸਰ ਨੇ ਜਿਨ੍ਹਾਂ ਨੇ ਸਾਡੀਆਂ ਐਕਸ਼ਨ ਅਤੇ ਇਹਦੀਆਂ ਪਰੇਡ ਦੀਆਂ ਟ੍ਰੇਨਿੰਗਸ ਦਈਆਂ ਸਾਨੂੰ, ਹੈ ਨਾ, ਵੀ ਇਟ ਵਾਜ਼ ਸੋ ਹਾਰਡ। ਈਵਨ ਜਿਹੜੀ ਇੰਨੀ ਹਾਰਡ ਟ੍ਰੇਨਿੰਗ ਹੁੰਦੀ, ਇਸ ਦੇ ਦੌਰਾਨ ਸੱਟ ਲੱਗਣੀ ਤਾਂ ਲਾਜ਼ਮੀ ਹੀ ਲਾਜ਼ਮੀ ਹੈ ਜੀ। ਮੈਂ ਯਾਦ ਹੈ ਮੈਨੂੰ ਚੰਗੀ ਤਰ੍ਹਾਂ ਕਿ ਅਸੀਂ ਕੁਸ਼ਤੀ ਦੀ ਟ੍ਰੇਨਿੰਗ ਕਰਦੇ ਪਏ ਸੀਗੇ ਅਤੇ ਉਸ ਦੌਰਾਨ ਮਤਲਬ ਧੋਬੀ ਭੜਕਾ ਕਹਿੰਦੇ ਨੇ ਉਹਨੂੰ, ਉਹ ਦੇਣ ਦੇ ਦੌਰਾਨ ਮੇਰੇ ਰਿਬਸ ਦੇ ਵਿੱਚ ਫ੍ਰੈਕਚਰ ਆ ਗਿਆ ਸੀਗਾ, ਮੇਰੇ ਰਿਬਸ ਕਰੈਕ ਹੋ ਗਈਆਂ ਸੀਗੀਆਂ। ਡਾਕਟਰ ਵੱਲੋਂ ਤਾਂ ਇੰਸਟਰਕਸ਼ਨ ਸੀਗੀ ਵੀ ਤੁਸੀਂ ਰੈਸਟ ਕਰਨੀ ਹੈ, ਬੈੱਡ ਰੈਸਟ, ਪਰ ਮੈਂ ਉਹ ਸਭ ਮਾਹੌਲ ਹੈ ਜਿਹੜਾ ਉਹਨੂੰ ਗਵਾਉਣਾ ਨਹੀਂ ਸੀ ਚਾਹੁੰਦਾ। ਉਹ ਗੋਲਡਨ ਪੀਰੀਅਡ ਸੀ, ਅਗਰ ਅਸੀਂ ਆਪਣੇ ਕੋਲੋਂ ਚਾਹੁੰਦੇ ਵੀ ਤਾਂ ਉਹ ਚੀਜ਼ਾਂ ਕਦੇ ਨਾ ਸਿੱਖਦੇ ਜਿਹੜੀਆਂ ਸਾਨੂੰ ਉੱਥੇ ਜਾ ਕੇ ਸਿੱਖਣੀਆਂ ਮਤਲਬ ਨਸੀਬ ਹੋਈਆਂ। ਇਹਦੇ ਲਈ ਅਸੀਂ ਥੈਂਕਸ ਵੀ ਹਾਂ ਅਨੁਰਾਗ ਸਰ ਦਾ, ਧਰਮਾ ਪ੍ਰੋਡਕਸ਼ਨ ਦਾ, ਜਿਨ੍ਹਾਂ ਨੇ ਸਾਨੂੰ ਇੰਨਾ ਵਧੀਆ ਟ੍ਰੀਟ ਕੀਤਾ, ਉਹ ਟ੍ਰੇਨਿੰਗ ਦਿੱਤੀ, ਅਤੇ ਸੱਟਾਂ ਸਭ ਦੇ ਲੱਗੀਆਂ। ਸ਼ਾਇਦ ਹੀ ਵਿਚਾਰਾ ਕੋਈ ਬਚਿਆ ਹੋਵੇ, ਕਈਆਂ ਦੇ ਤਾਂ ਲੀਗਾਮੈਂਟਸ, ਸਾਡਾ ਅਨੰਤ ਸਿੰਘ ਸੀ ਜਿਹੜਾ ਕਰੈਕਟਰ, ਉਹਦੀ ਲੀਗਾਮੈਂਟ ਵੀ ਪਾੜ ਗਿਆ ਸੀ, ਉਹ ਹਜੇ ਤੱਕ ਸਿੱਧਾ ਨਹੀਂ ਤੁਰ ਪਾਉਂਦਾ ਹੋਣਾ। ਕਈਆਂ ਦੇ ਗਿੱਟੇ ਨਿਕਲ ਗਏ, ਵਿਵੇਕ ਮੇਰਾ ਫਰੈਂਡ, ਉਹਦੇ ਵੀ ਸੱਟ ਵੱਜੀ ਸੀ ਲੱਤ 'ਚ, ਹੈ ਨਾ, ਤਾਂ ਸਭ ਦੇ ਸੱਟਾਂ ਵੱਜੀਆਂ, ਕਿਉਂਕਿ ਹਾਰਡ ਟ੍ਰੇਨਿੰਗ ਸੀ। ਅਸੀਂ ਐਕਟਰਸ ਹਾਂ, ਇਹ ਆਮ ਜ਼ਿੰਦਗੀ 'ਚੋਂ ਗਏ ਲੋਕ, ਅਸੀਂ ਉਨਾ ਹਾਰਡ ਕਦੇ ਆਪਣੀ ਬਾਡੀ ਨੂੰ ਯੂਜ਼ ਨਹੀਂ ਸੀ ਕੀਤਾ। ਹਾਂ, ਜਿਮਿੰਗ ਜੁਮਿੰਗ ਕਰਨਾ, ਦੈਟ ਇਜ਼ ਉਹ ਇੱਕ ਮਤਲਬ ਬਚਾ ਕੇ ਕਰਨ ਵਾਲੀ ਚੀਜ਼ ਸੀ, ਪਰ ਉੱਥੇ ਹਾਰਡ ਟ੍ਰੇਨਿੰਗ, ਬਹੁਤ ਜ਼ਿਆਦਾ ਹਾਰਡ। ਅਕਸ਼ੇ ਕੁਮਾਰ ਇੱਕ ਅਹਿਮ ਚਿਹਰਾ ਰਹੇ ਨੇ ਕੇਸਰੀ ਫਿਲਮ ਦਾ, ਉਹਨਾਂ ਨੂੰ ਵੀ ਇਹੀ ਟ੍ਰੇਨਿੰਗ ਦੇ ਦੌਰਾਨ ਸੱਟਾਂ ਦਾ ਸਾਹਮਣਾ ਕਰਨਾ ਪਿਆ? ਐਕਚੁਅਲੀ ਕੀ ਹੈ, ਅਕਸ਼ੇ ਸਰ ਦੀ ਜਿਹੜੀ ਗੱਲ ਕਰੀਏ ਤਾਂ ਉਹ ਆਲਰੇਡੀ ਇੰਨੇ ਫਿੱਟ ਨੇ, ਹੈ ਨਾ, ਉਹ ਆਪਣੇ ਆਪ ਨੂੰ ਮਤਲਬ ਆਪਣੇ ਆਪ ਨੂੰ ਇੰਨਾ ਸ਼ਾਰਪ ਅਤੇ ਡਿਸਿਪਲਿਨ ਰੱਖਦੇ ਨੇ, ਉਹ ਆਪਣੇ ਆਪ 'ਤੇ ਟਾਈਮ ਦਿੰਦੇ ਨੇ ਆਪਣੇ ਫਿਜ਼ੀਕ 'ਤੇ। ਅੱਜ ਇਸ ਦੌਰ ਦੇ ਵਿੱਚ, ਇਸ ਉਮਰ ਦੇ ਵਿੱਚ ਉਹਨਾਂ ਦਾ ਇੰਨਾ ਫਿੱਟ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਉਹ ਕਿੰਨੀ ਕੁ ਮਿਹਨਤ ਕਰਦੇ ਹੋਣਗੇ ਆਪਣੇ ਲਈ, ਪੰਕਚੁਐਲਿਟੀ ਲਈ ਹੋਰ, ਅਤੇ ਉਹ ਟ੍ਰੇਂਡ ਨੇ। ਐਕਚੁਅਲੀ ਉਹ ਐਕਸ਼ਨ ਕਰ ਚੁੱਕੇ ਨੇ, ਉਹ ਬਹੁਤ ਸਮੇਂ ਤੋਂ ਐਕਸ਼ਨ ਕਰ ਰਹੇ, ਐਕਸ਼ਨ ਹੀਰੋ ਹੀ ਸੀਗੇ ਜੀ, ਸਾਡੀ ਇੰਡਸਟਰੀ ਦੇ ਐਕਸ਼ਨ ਹੀਰੋ ਨੇ, ਬਹੁਤ ਪੁਰਾਣੇ ਮਾਰਸ਼ਲ ਆਰਟ ਕਰਦੇ ਨੇ, ਉਹ ਇਹਨਾਂ ਚੀਜ਼ਾਂ ਦੇ ਯੂਜ਼ ਟੂ ਨੇ, ਅਤੇ ਮੈਨੂੰ ਤੁਹਾਡੇ ਲਈ ਪਹਿਲੀ ਵਾਰ, ਸਾਡੇ ਲਈ ਪਹਿਲੀ ਵਾਰ ਸੀਗਾ, ਪਹਿਲੀ ਵਾਰ ਹੋਣ ਕਰਕੇ ਫਿਰ ਉਹ ਯੂਜ਼ ਟੂ ਵੀ ਨੇ ਇਹਨਾਂ ਚੀਜ਼ਾਂ ਦੇ ਟ੍ਰੇਨਿੰਗਸ ਦੇ ਜਾਂ ਇਹਨਾਂ ਐਕਸ਼ਨਸ ਦੇ, ਫਿਲਮੀ ਐਕਸ਼ਨ ਦੇ। ਸਾਡੇ ਸੱਟਾਂ ਲੱਗੀਆਂ, ਉਹ ਤਾਂ ਵੈਰੀ ਵੈਲ ਬਿਲਟ, ਅਤੇ ਉਹਨਾਂ ਨੇ ਬਿਲਕੁਲ ਆਪਣਾ ਠੀਕ, ਉਹਨਾਂ ਦੇ ਨਹੀਂ, ਆਈ ਥਿੰਕ, ਮੈਨੂੰ ਲੱਗਦਾ ਨਹੀਂ ਉਹਨਾਂ ਨੇ, ਉਹ ਬਚਾ ਕੇ ਕੀਤਾ ਸਾਰਾ ਕੁਝ ਉਹਨਾਂ ਨੇ ਕੀਤਾ। ਅੱਛਾ, ਸੁਣਨ ਵਿੱਚ ਇਹ ਵੀ ਮਿਲਿਆ ਸੀ ਕਿ ਸੈੱਟ 'ਤੇ ਅੱਗ ਲੱਗ ਗਈ ਸੀ, ਜਿਸ ਕਰਕੇ ਬਹੁਤ ਨੁਕਸਾਨ ਹੋਇਆ, ਸਮੇਂ ਦਾ ਵੀ ਜਿਹੜਾ ਸੈੱਟ ਸੀ ਉਹ ਵੀ ਪੂਰਾ ਨੁਕਸਾਨਿਆ ਗਿਆ, ਅਤੇ ਜੇ ਸੈੱਟ 'ਤੇ ਅੱਗ ਨਾ ਲੱਗਦੀ ਤਾਂ ਫਿਲਮ ਥੋੜ੍ਹੀ ਜਲਦੀ, ਜਿਹੜਾ ਪ੍ਰੋਜੈਕਟ ਸੀ, ਖਤਮ ਹੋ ਸਕਦਾ ਸੀ, ਜਲਦੀ ਰਿਲੀਜ਼ ਹੋ ਸਕਦੀ ਸੀ। ਕਿਸ ਤਰ੍ਹਾਂ ਉਹ ਹਾਦਸਾ ਕਿਵੇਂ ਵਾਪਰਿਆ? ਐਕਚੁਅਲ ਕੀ ਸੀ ਕਿ ਫਿਲਮ, ਇਸ ਬਾਰੇ ਕਾਫੀ ਮੀਡੀਆ 'ਚ ਉਦੋਂ ਆਇਆ ਵੀ ਸੀ ਜਦੋਂ ਸੈੱਟ 'ਤੇ ਅੱਗ ਲੱਗੀ ਹੈ। ਟ੍ਰੇਨਿੰਗ ਤੋਂ ਬਾਅਦ ਸਾਡਾ ਜਿਹੜਾ ਸ਼ੂਟਿੰਗ ਸ਼ੈਡਿਊਲ ਸ਼ੁਰੂ ਹੋਇਆ, ਸ਼ੂਟਿੰਗ ਆਈ ਥਿੰਕ 10 ਤੋਂ 15 ਦਿਨ ਦੀ ਬਾਕੀ ਰਹਿੰਦੀ ਸੀਗੀ, ਕਲਾਈਮੈਕਸ ਚੱਲਦਾ ਪਿਆ ਸੀਗਾ, ਉਹਦੇ ਦੌਰਾਨ ਇੱਕ ਐਕਸੀਡੈਂਟ ਹੋ ਗਿਆ, ਅਤੇ ਉਹਦੇ ਵਿੱਚ ਸਾਰੇ ਸੈੱਟ ਨੂੰ ਅੱਗ ਲੱਗ ਗਈ ਸੀ। ਕਿੱਲੇ ਸਵਾ ਕਿੱਲੇ 'ਚ ਤਾਂ ਸੈੱਟ ਬਣਿਆ ਹੋਇਆ ਸੀਗਾ, ਮਤਲਬ ਸੈੱਟ ਨੂੰ ਬਣਾਉਣਾ ਹੋਵੇ ਤਾਂ 3-4 ਮਹੀਨੇ ਦੀ ਮਿਹਨਤ ਲੱਗਦੀ ਹੈ। ਫਿਰ ਪ੍ਰੋਬਲਮ ਇਹ ਆ ਗਈ ਸੀਗੀ ਕਿ ਵੈਸੇ ਤਾਂ ਰੋਣ ਵਾਲੀ ਗੱਲ ਸੀ, ਅਸੀਂ ਉਸ ਜਗ੍ਹਾ 'ਤੇ 1.5 ਸਾਲ ਰਹੇ ਹਾਂ, ਮਤਲਬ ਸਾਡੇ ਸਾਹਮਣੇ ਸੈੱਟ ਨੂੰ ਅੱਗ ਲੱਗਣਾ ਸਾਨੂੰ ਐਂ ਸੀ ਜਿਵੇਂ ਸਾਡੇ ਆਪਦੇ ਘਰ ਨੂੰ ਅੱਗ ਲੱਗ ਗਈ ਹੁੰਦੀ ਆ। ਆਪਾਂ ਕਿਤੇ ਹਫ਼ਤਾ 10 ਦਿਨ ਵੀ ਰਹਿ ਜਾਈਏ, ਸਾਨੂੰ ਉਸ ਜਗ੍ਹਾ ਨਾਲ ਲਗਾਓ ਹੋ ਜਾਂਦਾ। ਅਸੀਂ ਤਾਂ 1.5 ਸਾਲ ਉਸ ਜਗ੍ਹਾ 'ਤੇ ਰਹੇ, ਉੱਥੇ ਸ਼ੂਟਿੰਗਸ ਕੀਤੀਆਂ, ਸਾਨੂੰ ਆਪਣਾ ਘਰ ਲੱਗਦਾ ਸੀ। ਬਹੁਤ ਮਾਹੌਲ ਉਦੋਂ ਸਭ ਦੇ ਲਈ, ਸਾਰੀ ਟੀਮ ਲਈ ਬੜਾ ਮਾਯੂਸੀ ਵਾਲਾ ਸੀ, ਅੱਖਾਂ ਵੀ ਬਹੁਤ ਸਾਰੀਆਂ ਨਮ ਸੀਗੀਆਂ ਉਦੋਂ, ਅਤੇ ਰਾਕਸਨ ਵੀ ਬਹੁਤ ਡਿਪਰੈਸ ਹੋ ਗਏ ਸੀ। ਪਰ ਧਰਮਾ ਪ੍ਰੋਡਕਸ਼ਨ, ਅਨੁਰਾਗ ਸਿੰਘ, ਅਕਸ਼ੇ ਕੁਮਾਰ ਸਰ, ਇਹਨਾਂ ਦੀ ਬਾਉਂਡਿੰਗ ਅਤੇ ਇਹਨਾਂ ਦੀ ਜਿਹੜੀ ਪਾਵਰ ਸੀ, ਹੈ ਨਾ, ਇਹਨਾਂ ਨੇ ਹੌਸਲਾ ਨਿਹਾਰਿਆ, ਇਹਨਾਂ ਦੀ ਜਿਹੜੀ ਪੋਜ਼ਿਟਿਵਿਟੀ ਸੀ, ਇਹ ਕਲੀਅਰ ਸੀ ਕਿ ਯਾਰ ਕੋਈ ਗੱਲ ਨਹੀਂ, ਹੁੰਦੇ ਹਾਦਸੇ ਹੋਏ ਨੇ, ਪਰ ਆਪਾਂ ਇਸ ਚੀਜ਼ ਨੂੰ ਜ਼ਰੂਰ ਕਵਰ ਅਪ ਕਰਾਂਗੇ। ਉਹ ਸਬਜੈਕਟ ਹੀ ਐਡਾ ਵੱਡਾ ਸੀ, ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਸੀ ਵੀ ਇੰਨਾ ਈਜ਼ੀ ਨਹੀਂ ਹੈਗਾ, ਕਿਉਂਕਿ ਨਾ ਇਸ ਸਬਜੈਕਟ ਉੱਤੇ ਬਹੁਤ ਸਾਰੀਆਂ ਫਿਲਮਾਂ ਸ਼ੁਰੂ ਹੋਈਆਂ ਸੀ, ਕਾਫੀ ਆਰਟਿਸਟਾਂ ਨੇ ਸ਼ੁਰੂ ਕੀਤੀਆਂ ਸੀਗੀਆਂ, ਕਾਫੀ ਕੰਪਨੀਆਂ ਨੇ ਸ਼ੁਰੂ ਕੀਤਾ ਸੀ, ਕਿਸੇ ਦੀ ਅੱਜ ਤੱਕ ਬਾਹਰ ਨਹੀਂ ਸੀ ਆਈ।
ਸੋ ਇਹ ਗੱਲ ਕਹੀ ਜਾਂਦੀ ਸੀ ਕਿ ਇਸ ਸਬਜੈਕਟ ਨੂੰ ਕਰਨਾ ਕੋਈ ਖਾਲਾ ਜੀ ਦਾ ਘਰ ਨਹੀਂ, ਤਾਂ ਫਿਰ ਅਸੀਂ ਇਹ ਕਹਿ ਕੇ ਸੰਤੁਸ਼ਟ ਕੀਤਾ ਕਿ ਜਿੰਨਾ ਲੋਕਾਂ ਦਾ ਅਸੀਂ ਲੋਕਾਂ ਸਾਹਮਣੇ ਪ੍ਰੈਜੈਂਟੇਸ਼ਨ ਕਰਨਾ ਚਾਹੁੰਦੇ ਹਾਂ ਵੀ ਉਹ ਰੱਬ ਰੂਪ ਸ਼ਹੀਦ ਸਾਡੇ, ਉਹ ਇੰਨਾ ਸੌਖਾ ਨਹੀਂ ਹੈਗਾ, ਇਹ ਕੁਰਬਾਨੀ ਸਮਝੋ। ਇਹ ਤੁਹਾਡੀ ਇੱਕ ਬੜੀ ਵੱਡੀ ਪ੍ਰੀਖਿਆ ਸੀ ਜਿਸ ਦਾ ਰਿਜ਼ਲਟ ਨਿਕਲਿਆ ਹੈ, ਫਿਲਮ ਨੇ ਜਿਹੜੀਆਂ ਸਿਨੇਮਾ ਘਰਾਂ ਦੇ ਵਿੱਚ ਧਮਾਲਾਂ ਪਾਈਆਂ ਹੋਈਆਂ ਨੇ, ਇੰਨੇ ਦਿਨ ਹੋ ਗਏ ਨੇ ਫਿਲਮ ਲੱਗੇ ਨੂੰ ਅਤੇ ਅੱਜ ਤੱਕ ਹਾਊਸਫੁੱਲ ਜਾ ਰਿਹਾ। ਜੀ ਜੀ, 8 ਮਹੀਨੇ ਚਾਹੇ ਲੇਟ ਹੋ ਗਈ ਇਹ ਫਿਲਮ, ਜਦੋਂ ਅਸੀਂ ਸ਼ੁਰੂ ਕੀਤਾ ਸੀ ਜੁਲਾਈ ਤੋਂ ਲੈ ਕੇ ਮੇਰੇ ਸ਼ੂਟਿੰਗ ਸ਼ਡਿਊਲ ਤੱਕ ਜਾਂ ਲਾਸਟ ਸ਼ੂਟਿੰਗ ਸ਼ਡਿਊਲ ਤੱਕ, ਬਹੁਤ ਸਾਰੇ ਆਫਰਸ ਵੀ ਆਏ ਹੈ ਨਾ। 2 ਸਾਲ ਇੱਕ ਆਰਟਿਸਟ ਲਈ ਕਿਸੇ ਸਬਜੈਕਟ ਨੂੰ 2 ਸਾਲ ਦੇਣਾ ਬਹੁਤ ਵੱਡੀ ਗੱਲ ਹੈ, ਪਰ ਉਹਦੀ ਜਿਹੜੀ ਭਰਪਾਈ ਹੋਈ ਹੈ ਮੈਂ ਮਤਲਬ ਬਿਆਨ ਨਹੀਂ ਕਰ ਸਕਦਾ ਤੁਹਾਨੂੰ। ਸ਼ੁਰੂ ਤੋਂ ਹੀ ਸਾਨੂੰ, ਚਲੋ ਪਹਿਲਾਂ ਹੀ ਧਰਮਾ ਪ੍ਰੋਡਕਸ਼ਨ ਐਸਾ ਨਾਮ ਹੈ ਕਿ ਹਰ ਆਰਟਿਸਟ ਉਹਦੇ ਨਾਲ ਕੰਮ ਕਰਨਾ ਚਾਹੁੰਦਾ, ਇੱਕ ਸੁਪਨਾ ਹੁੰਦਾ। ਅਕਸ਼ੈ ਸਰ ਨੂੰ ਕੌਣ ਨਹੀਂ ਜਾਣਦਾ, ਇੰਟਰਨੈਸ਼ਨਲ ਸਟਾਰ, ਹਰੇਕ ਆਰਟਿਸਟ ਦਾ ਸੁਪਨਾ ਕਿ ਅਕਸ਼ੈ ਨਾਲ ਕੰਮ ਕਰਨਾ ਹੈ ਨਾ। ਉਹ ਸਾਰੇ ਸੁਪਨੇ ਪੂਰੇ ਹੋਏ ਨੇ, ਜੇ ਅਸੀਂ ਟਾਈਮ ਦਿੱਤਾ ਤਾਂ ਸਾਨੂੰ ਉਹਦਾ ਰਿਵਰਟ ਬਹੁਤ ਜ਼ਿਆਦਾ ਵਾਪਸ ਹੋਇਆ। ਸਾਡੇ ਕੰਮ ਦੀ ਪ੍ਰਸ਼ੰਸਾ ਹੋਈ ਹੈ, ਫਿਲਮ ਨੂੰ ਲੋਕਾਂ ਨੇ ਬਹੁਤ ਸਰਾਹਿਆ, ਮਤਲਬ ਇਮੋਸ਼ਨਲੀ ਲੋਕ ਬਹੁਤ ਜੁੜੇ ਫਿਲਮ ਨਾਲ, ਪਰਸਨਲੀ ਲੋਕਾਂ ਨੇ ਇਹਦੀ ਬਹੁਤ ਪ੍ਰਮੋਸ਼ਨ ਕੀਤੀ ਅਤੇ ਅੱਜ ਤੱਕ ਹਾਊਸਫੁੱਲ ਚੱਲ ਰਹੀ ਹੈ। ਇਹ ਜਿਹੜੀਆਂ ਉਹ ਸਾਰੀ ਟੀਮ ਦੀਆਂ ਮਿਹਨਤਾਂ ਨੇ, ਉਹਦਾ ਅਸਰ ਹੈ, ਮਿਹਨਤਾਂ ਨੂੰ ਰੰਗ ਲੱਗੇ, ਫਲ ਲੱਗਿਆ। ਸਾਰਾ ਗੜੀ ਦਾ ਇਤਿਹਾਸ ਮੈਨੂੰ ਲੱਗਦਾ ਬੱਚਾ ਬੱਚਾ ਜਾਣਦਾ ਹੋਏਗਾ, ਉਹ 21 ਸਿੰਘਾਂ ਦੀ ਸ਼ਹਾਦਤ, ਉਹਨਾਂ ਦੀ ਕੁਰਬਾਨੀ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੀ ਅਫਗਾਨੀ ਫੌਜ ਸੀ ਉਹਨਾਂ ਨੂੰ ਮਾਰ ਗਿਰਾਉਣਾ, ਆਖਰੀ ਦਮ ਤੱਕ ਲੜਦੇ ਰਹਿਣਾ ਉਸੇ ਜਜ਼ਬੇ ਦੇ ਨਾਲ, ਇਹ ਬੜੀ ਵੱਡੀ ਗੱਲ ਹੈ। ਤੁਸੀਂ ਨਾ ਸਿਰਫ ਇਸ ਨੂੰ ਸੁਣਿਆ, ਇਸ ਨੂੰ ਬੜੀ ਕਲੋਜ਼ਲੀ ਐਕਸਪੀਰੀਅੰਸ ਕੀਤਾ, ਤੁਸੀਂ ਹੰਡਾਤਾ ਇਸ ਚੀਜ਼ ਨੂੰ, ਅਤੇ ਇਸ ਬਾਰੇ ਕੀ ਕਹਿਣਾ? ਪਹਿਲਾਂ ਤੋਂ ਇਹ ਇੱਕ ਇੱਕ ਗੱਲ ਦਾ ਪਤਾ ਸੀ ਸਾਰਾ ਗੜੀ ਦੇ ਇਤਿਹਾਸ ਬਾਰੇ, ਕਿ ਐਕਟ ਕਰਨ ਤੋਂ ਬਾਅਦ ਇਕੱਲੀ ਇਕੱਲੀ ਗੱਲ ਦਾ ਪਤਾ ਲੱਗਿਆ? ਐਕਚੁਅਲੀ ਕੀ ਹੈ, ਟੂ ਬੀ ਵੈਰੀ ਓਨੈਸਟ, ਸਾਰਾ ਗੜੀ ਬਾਰੇ ਸੁਣਿਆ ਤਾਂ ਸੀ ਪਰ ਇਹ ਨਹੀਂ ਸੀ ਪਤਾ ਵੀ ਅਸਲ 'ਚ ਉਹ ਜਜ਼ਬਾ ਹੈ ਨਾ, ਉਹ ਫੀਲਿੰਗ, ਅਤੇ ਅਸਲ 'ਚ ਉਹ ਬੰਦੇ, ਉਹਨਾਂ ਨੂੰ ਉਹ ਸ਼ਹੀਦ ਨੇ ਜਿਹੜੇ, ਉਹ ਵਾਕਈ ਰੱਬ ਵਾਂਗੂ ਪੂਜਣ ਵਾਲੇ ਬੰਦੇ ਨੇ, ਵੀ ਉਹ ਕਿਉਂ ਸੀ ਸਾਡੇ ਲਈ। ਅਸੀਂ ਸਾਰਾ ਗੜੀ ਡੇ ਮਨਾਉਣਾ ਸ਼ੁਰੂ ਹੋ ਗਿਆ, ਪਹਿਲਾਂ ਤਾਂ ਉਹ ਵੀ ਨਹੀਂ ਸੀ ਪਤਾ ਸਾਰਾ ਡੇ, ਸਾਰਾ ਗੜੀ ਬਾਰੇ ਜਦੋਂ ਫਿਲਮਾਂ ਆਉਣੀਆਂ ਸ਼ੁਰੂ ਹੋਈਆਂ, ਗੱਲਾਂ ਹੋਣੀਆਂ ਸ਼ੁਰੂ ਹੋਈਆਂ, ਗੂਗਲ 'ਤੇ ਸਰਚ ਮਾਰੀ ਤਾਂ ਪਤਾ ਲੱਗਿਆ ਹਾਂ ਇੱਕ ਫਾਈਟ ਹੈ ਇਸ ਤਰ੍ਹਾਂ ਕਰਕੇ ਸਾਡੇ ਸਿੰਘਾਂ। 18 ਸਤੰਬਰ ਦਾ ਦਿਨ ਜਿਹੜਾ ਇਤਿਹਾਸ ਦੇ ਪੰਨਿਆਂ ਵਿੱਚ ਰਚਿਆ ਜਾ ਚੁੱਕਾ, ਉਹਦੇ ਬਾਰੇ ਗੂਗਲ 'ਤੇ ਹੈ, ਸਭ ਪਾਸੇ ਹੈ, ਬਾਹਰ ਇੰਗਲੈਂਡ ਵਿੱਚ ਤਾਂ ਬੱਚਿਆਂ ਦੇ ਸਿਲੇਬਸ 'ਚ ਵੀ ਹੈ, ਪੜ੍ਹਾਈ ਜਾਂਦੀ ਹੈ। ਸਾਡੇ ਇੱਥੇ ਨਹੀਂ ਸੀ ਪਤਾ ਕਿਸੇ ਨੂੰ, ਈਵਨ ਪੰਜਾਬ 'ਚ ਹੀ ਨਹੀਂ ਸੀ ਪਤਾ, ਮੈਨੂੰ ਵੀ ਨਹੀਂ ਸੀ ਪਤਾ, ਟੂ ਬੀ ਵੈਰੀ ਓਨੈਸਟ। ਪਰ ਜਦੋਂ ਅਸੀਂ ਟ੍ਰੇਨਿੰਗ ਤੱਕ ਵੀ ਸਾਨੂੰ ਇਹ ਲੱਗਦਾ ਸੀ ਵੀ ਅਸੀਂ ਇੱਕ ਫਿਲਮ ਕਰਨ ਜਾ ਰਹੇ ਹਾਂ, ਵੈਰੀ ਓਨੈਸਟ, ਇੱਕ ਆਰਟਿਸਟ ਨੂੰ ਇਹ ਹੁੰਦਾ ਮੈਂ ਇੱਕ ਫਿਲਮ ਕਰਨ ਜਾ ਰਿਹਾ ਵੱਡੇ ਬੈਨਰ ਨਾਲ, ਵੱਡੇ ਐਕਟਰ ਨਾਲ, ਵੱਡੇ ਡਾਇਰੈਕਟਰ ਨਾਲ, ਸਾਡੀ ਫੀਲਿੰਗ ਕੁਛ ਹੋਰ ਸੀ। ਪਰ ਜਿਵੇਂ ਜਿਵੇਂ ਅਸੀਂ ਸਕ੍ਰਿਪਟ ਪੜ੍ਹਦੇ ਗਏ, ਜਿਵੇਂ ਜਿਵੇਂ ਅਸੀਂ ਉਹਨਾਂ ਕਰੈਕਟਰਾਂ ਨੂੰ ਫੀਲ ਕਰਨਾ, ਫੀਲਿੰਗ ਵੀ ਟੀਮ ਨੇ ਸਾਨੂੰ ਇੰਨਾ, ਅਨੁਰਾਗ ਸਰ ਨੇ ਇੰਸਟਰਕਸ਼ਨਸ ਦਿੱਤੀਆਂ ਸੀ ਕਿ ਤੁਸੀਂ ਇੱਕ ਦੂਜੇ ਨੂੰ ਆਪਣੇ ਅਸਲ ਨਾਮ ਨਾਲ ਨਹੀਂ ਬੁਲਾਉਣਾ। ਅਸੀਂ ਇੱਕ ਦੂਜੇ ਦੇ ਅਸਲ ਨਾਮ ਭੁੱਲ ਚੁੱਕੇ ਸੀ, ਅਸੀਂ ਜਿੰਨਾ ਚਿਰ 1.5 ਸਾਲ ਇਕੱਠੇ ਰਹੇ, ਅੱਜ ਵੀ ਜਦੋਂ ਅਸੀਂ ਆਪਸ 'ਚ ਮਿਲਦੇ ਹਾਂ ਸਾਰੇ ਆਰਟਿਸਟਾਂ, ਮੈਨੂੰ ਹੀਰਾ ਸਿੰਘ ਕਹਿ ਕੇ ਬੁਲਾਇਆ ਜਾਂਦਾ, ਨਰਾਇਣ ਸਿੰਘ ਕਹਿ ਕੇ ਬੁਲਾਉਣਾ, ਹਾਂਜੀ ਮੈਂ ਜੀਵਨ ਸਿੰਘ ਕਹਿ ਕੇ ਬੁਲਾਉਂਦੇ ਹਾਂ, ਅਸੀਂ ਇੱਕ ਦੂਜੇ ਨੂੰ ਉੱਦਾਂ ਬੁਲਾਉਂਦੇ ਹਾਂ। ਉਹਦਾ ਕਾਰਨ ਇਹ ਸੀ ਕਿ ਤੁਸੀਂ ਇੱਕ ਦੂਜੇ ਨੂੰ ਇਹ ਸੋਚ ਲਓ ਕਿ ਤੁਸੀਂ ਉਹੀ ਹੋ। ਫਿਰ ਜਿਵੇਂ ਜਿਵੇਂ ਅਸੀਂ ਸਕ੍ਰਿਪਟ ਪੜ੍ਹਦੇ ਗਏ, ਉਸ ਟ੍ਰੇਨਿੰਗ ਦੌਰਾਨ ਗੁਜ਼ਰੇ, ਫਿਰ ਸਾਨੂੰ ਉਸ ਮਾਹੌਲ 'ਚ ਰੱਖਿਆ ਗਿਆ, ਉਹ ਗਰਮੀ 'ਚ ਜਦੋਂ ਅਸੀਂ ਫਾਈਟ ਕਰਨ ਲਈ ਕਿਲੇ ਦੀ ਛੱਤ 'ਤੇ ਖੜ੍ਹਦੇ ਸੀ, ਜਾਂ ਜਦੋਂ ਅਸੀਂ ਫਾਇਰ ਕਰਦੇ ਸੀ ਸਾਡੇ ਨਾ ਅੰਗੂਠੇ ਛਿੱਲੇ ਜਾਂਦੇ ਸੀ, ਉਹਦੀ ਕੀ ਪ੍ਰੋਬਲਮ ਸੀ, ਉਸ ਗੰਦ ਦੀ ਹੁੰਦੀ ਸੀ, ਭਾਰੀ ਸੀ, ਅਤੇ ਨੰਬਰ 2 ਉਹ 1-2 ਫਾਇਰ ਰੌਂਦ ਕਰਦੇ ਸੀ ਤਾਂ ਉਹ ਗਰਮ ਹੋ ਜਾਂਦੀ ਸੀ ਬੈਰਲ, ਉਹ ਅੰਗੂਠੇ ਸੜਦੇ ਸੀ। ਜਦੋਂ ਅਸੀਂ ਹੌਲੀ ਹੌਲੀ ਚੀਜ਼ਾਂ ਫੀਲ ਕੀਤੀਆਂ, ਉਹਨਾਂ ਨੇ ਤਾਂ ਓਰਿਜਿਨਲ ਫੀਲ ਕੀਤੀਆਂ, ਅਸੀਂ ਜਦੋਂ ਆਰਟਿਸਟਾਂ ਨੂੰ ਵੀ ਸਾਡੇ ਵੱਲ ਆਉਂਦੇ ਦੇਖਦੇ ਸੀ, ਅਸੀਂ ਕਹਿੰਦੇ ਸੀ ਯਾਰ ਵੀ ਜੇ ਬੰਦੇ ਸੱਚੀ ਸਾਨੂੰ ਮਾਰਨ ਆ ਜਾਣ, ਯਾਰ 2 ਘੜੀ ਸਾਨੂੰ ਇਹ ਲੱਗਦਾ ਸੀ ਵੀ ਯਾਰ ਕਮਾਲ ਆ ਯਾਰ ਉਹ ਬੰਦੇ ਹੈ ਨਾ।
ਪਤਾ ਇਹਨਾਂ ਨੇ ਆਪਣੇ ਘਰ ਪਰਿਵਾਰ ਦੀ ਫਿਕਰ ਨਹੀਂ ਕੀਤੀ, ਕਿਸੇ ਦਾ ਨਵਾਂ ਵਿਆਹ ਹੋਇਆ, ਕਿਸੇ ਦਾ ਵਿਆਹ ਹੁੰਦੇ ਹੁੰਦੇ ਰੁਕ ਗਿਆ, ਜਾ ਨਹੀਂ ਪਾਇਆ, ਕੋਈ ਕਿਸੇ ਦੀ ਮਾਂ ਉਡੀਕ ਰਹੀ ਹੈ, ਇਹਨਾਂ ਸਾਰੀਆਂ ਗੱਲਾਂ ਨੂੰ ਪਿੱਛੇ ਛੱਡ ਕੇ ਸਿਰਫ ਆਪਣੀ ਜਾਨ ਗਵਾਉਣ ਦਾ ਪਤਾ ਦੇਸ਼ ਦੇ ਲਈ, ਦੇਸ਼ ਲਈ ਜਾਨ ਗਵਾਉਣ ਦਾ ਪਤਾ. ਉਹਨਾਂ ਨੂੰ ਇੱਕ ਇਹ ਚੀਜ਼ ਪਤਾ ਸੀ ਕਿ ਅਸੀਂ ਕਿਸ ਕੌਮ ਨਾਲ ਸੰਬੰਧ ਰੱਖਦੇ ਹਾਂ. ਸਿੱਖੀਜ਼ਮ ਸ਼ਹੀਦੀਆਂ ਲਈ, ਲੋਕਾਂ ਦੀ ਮਦਦ ਕਰਨ ਲਈ ਸ਼ੁਰੂ ਤੋਂ ਸਭ ਤੋਂ ਅੱਗੇ ਰਹੇ ਨੇ. ਉਹ ਜਜ਼ਬਾ ਉਹ ਗੁਰੂਆਂ ਦੀ ਦਿੱਤੀ ਜਿਹੜੀ ਸਿੱਖਿਆ ਹੈ ਉਹਨਾਂ ਦੇ ਅੰਦਰ ਸੀ, ਉਸ ਜਜ਼ਬੇ ਨੂੰ ਅਸੀਂ ਮਤਲਬ ਜਦੋਂ ਫੀਲ ਕੀਤਾ ਤਾਂ ਅਸੀਂ ਖੁਦ ਰੋ ਪੈਂਦੇ ਹੁੰਦੇ ਸੀ, ਹੈ ਨਾ. ਉਹਦੇ ਵਿੱਚ ਕਈ ਡਾਇਲੋਗਸ ਐਸੇ ਸੀਗੇ, ਹੈ ਨਾ, ਜਿਸ ਤਰ੍ਹਾਂ ਅਕਸ਼ੈ ਸਰ ਦਾ ਇੱਕ ਡਾਇਲੋਗ ਸੀਗਾ ਕਿ ਲੜਨ ਤੋਂ ਪਹਿਲਾਂ ਸੋਚ ਲਓ ਵੀ ਤੁਹਾਡੇ ਬੱਚੇ ਅੱਜ ਤੋਂ ਬਾਅਦ ਤੁਹਾਨੂੰ ਦੇਖ ਨਹੀਂ ਸਕਣਗੇ. ਇਟ ਵਾਜ਼ ਵੈਰੀ ਕਲੀਅਰ ਕਿ ਮਰਨਾ ਉਹਨਾਂ ਨੇ, ਪਰ ਕਲੀਅਰ ਕਰ ਲਓ ਮਰਨ ਤੋਂ ਪਹਿਲਾਂ, ਲੜਨ ਤੋਂ ਪਹਿਲਾਂ, ਕਿ ਅੱਜ ਤੋਂ ਬਾਅਦ ਤੁਹਾਡੇ ਬੱਚੇ ਤੁਹਾਨੂੰ ਦੇਖ ਨਹੀਂ ਸਕਣਗੇ. ਤੁਸੀਂ ਆਪਣੀ ਮਾਂ ਦੇ ਜਾ ਕੇ ਕਦੇ ਪੈਰੀਂ ਹੱਥ ਨਹੀਂ ਲਾ ਸਕੋਗੇ. ਅੱਜ ਤੋਂ ਬਾਅਦ ਤੁਸੀਂ ਘਰ ਵਾਪਸ ਨਹੀਂ ਜਾਣਾ, ਇਹ ਮਰਨਾ ਤੈਅ ਹੈ. ਹਜੇ ਵੀ ਲੜੋਂਗੇ? ਈਵਨ ਕੁਐਸਚਨ ਕੀਤਾ ਜਾਂਦਾ ਫਿਲਮ ਦੇ ਵਿੱਚ ਵੀ, ਆਪਾਂ ਲੜੀਏ ਵੀ ਸਾਨੂੰ ਤਾਂ ਆਫੀਸਰਸ ਕਹਿ ਰਹੇ ਨੇ ਕਿ ਤੁਹਾਡੇ 'ਤੇ ਡਿਪੈਂਡ ਹੈ, ਤੁਸੀਂ ਪਿੱਛੇ ਹਟ ਜਾਓ. ਉਹ ਇੱਕ ਸਟ੍ਰੈਟਜੀ ਸੀ, ਕਿਉਂਕਿ ਉਹਨਾਂ ਨੇ ਜਿਹੜੀ ਸ਼ਹੀਦੀ ਰੂਪ ਲੈ ਕੇ ਜਾਣਾ ਸੀ, ਪੈਸੇ ਲਈ ਨਹੀਂ ਸੀ ਲੜੇ. ਅਗਰ ਉਹ ਬੰਦੇ ਸੈਲਰੀ ਲਈ ਲੜਦੇ, ਅਗਰ ਉਹ ਫੌਜ ਲਈ ਲੜਦੇ, ਤਾਂ ਇੱਕ ਮਤਲਬ ਦੀ ਲੜਾਈ ਹੁੰਦੀ. ਉਹ ਲੋਕ ਦੇਸ਼ ਲਈ, ਕੌਮ ਲਈ, ਆਪਣੇ ਜਜ਼ਬੇ ਲਈ ਉਹਨਾਂ ਚੀਜ਼ਾਂ ਲਈ ਲੜੇ ਜਿਹਨਾਂ ਲੋਕਾਂ ਲਈ ਉਹ ਲੜੇ, ਜਿਹਨਾਂ ਨੂੰ ਜਾਣਦੇ ਵੀ ਨਹੀਂ ਸੀ ਜੀ, ਉਹਨਾਂ ਲਈ ਲੜੇ. ਸੋ ਉਹ ਜਿਹੜੀ ਉਹ 'ਚ ਸਪਿਰਿਚੁਅਲ ਭਰੀ ਗਈ ਕਿ ਸੋਚ ਲਓ, ਕਲੀਅਰ ਫੋਕਸ ਕਰ ਲਓ ਕਿ ਨਹੀਂ, ਅਸਲੀ ਤਾਂ ਇਹ ਹੈ ਆਪਾਂ ਲੜ ਕਿਸੇ ਨਹੀਂ ਰਹੇ, ਤੁਸੀਂ ਮਿਲਣਾ ਨਹੀਂ ਕਰੇ ਜਾ ਕੇ ਕਿਸੇ ਨੂੰ. ਇਸ ਤੋਂ ਬਾਅਦ ਜਦੋਂ ਉਸ ਫੀਲ ਤੋਂ ਬਾਅਦ ਉਹਨਾਂ ਨੇ ਇੱਕ ਧਾਰ ਲਿਆ ਕਿ ਸਾਡਾ ਕੋਈ ਕੁਛ ਨਹੀਂ ਹੈਗਾ, ਅਸੀਂ ਇੱਕੀ ਜਾਣੇ ਹਾਂ, ਸਾਡਾ ਇੱਕ ਕਿਲਾ ਵਾ, ਸਾਹਮਣੇ ਦੁਸ਼ਮਣ ਨੇ, ਇਹੀ ਜ਼ਿੰਦਗੀ ਆ ਮਰਨ ਤੱਕ. ਫਿਰ ਜਿਹੜਾ ਉਹ ਲੜੇ ਅਤੇ ਐਸਾ ਲੜੇ ਕਿ ਅੱਜ ਲਿਖਿਆ ਹੋਇਆ ਪੰਨਿਆਂ 'ਤੇ ਕਿ ਸਾਰਾ ਗੜੀ ਇਕੱਲੇ ਇਕੱਲੇ ਦਾ ਨਾਮ ਲਿਖਿਆ ਹੋਇਆ, ਦੁਨੀਆ ਦੀਆਂ ਬੈਸਟ ਫਾਈਟਸ ਦੇ ਵਿੱਚੋਂ ਦੂਸਰੇ ਨੰਬਰ ਦੀ ਫਾਈਟ ਹੈ ਇਹ ਸਾਰਾ ਗੜੀ ਦੀ, ਅਤੇ ਇੰਗਲੈਂਡ 'ਚ ਪੜ੍ਹਾਈ ਜਾਂਦੀ ਹੈ. ਇਹ ਉਸੇ ਦਾ ਨਤੀਜਾ, ਉਹਨਾਂ ਦੀ ਉਹ ਸ਼ਹਾਦਤ ਦਾ ਨਤੀਜਾ. ਪਰ ਪੰਜਾਬ ਦੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਇੰਗਲੈਂਡ ਦੇ ਇਤਿਹਾਸ ਦੀ ਕਿਤਾਬਾਂ ਦੇ ਵਿੱਚ ਇਸ ਦਾ ਜ਼ਿਕਰ ਹੈ, ਪੰਜਾਬ 'ਚ ਜੇਕਰ ਨਹੀਂ ਹੈ ਤਾਂ ਕਿਉਂ ਨਹੀਂ ਹੈ, ਹੋਣਾ ਚਾਹੀਦਾ, ਕਿੱਥੇ ਕਮੀ ਰਹਿ ਰਹੀ? ਕਮੀ ਬੱਚਿਆਂ ਨੂੰ ਨੌਲੇਜ ਦੇਣ ਦੀ ਰਹਿ ਗਈ ਸੀ, ਉਹਨਾਂ ਨੂੰ ਦੱਸਿਆ ਹੀ ਨਹੀਂ ਗਿਆ ਕਿ ਗਲਤੀ ਮਾਂ ਬਾਪ ਦੀ ਹੈ. ਇਕੱਲੇ ਮਾਂ ਬਾਪ ਦੀ ਨਹੀਂ ਹੈਗੀ, ਮੈਨੂੰ ਲੱਗਦਾ ਉਹਨਾਂ ਮਾਂ ਬਾਪ ਨੂੰ ਵੀ ਨਹੀਂ ਸੀ ਪਤਾ ਕਿ ਸਾਰਾ ਗੜੀ ਉਹ ਕਿਤੇ ਨਾ ਪੰਨਾ ਸਾਡੇ ਇਤਿਹਾਸ 'ਚੋਂ ਨਿਕਲ ਗਿਆ ਸੀ, ਨਿਗਾਹ ਨਹੀਂ ਸੀ ਗਈ. ਵੈਸੇ ਸਾਡਾ ਵਿਰਸਾ ਬਹੁਤ ਬਹੁਤ ਮਹਾਨ ਵਿਰਸਾ ਹੈ, ਬਾਲੀਵੁੱਡ ਹੋ ਗਿਆ, ਇਹ ਲੋਕ ਸਾਡੇ ਇੰਨਾ ਹੀ ਪੰਨਿਆਂ ਨੂੰ ਫਰੋਲ ਕੇ ਸਾਡੇ ਸਾਹਮਣੇ ਲਿਆ ਰਹੇ, ਚਾਹੇ ਉਹ ਸਰਬਜੀਤ ਦਾ ਸਬਜੈਕਟ ਹੈ ਜਿਹੜਾ ਅੱਜ ਕੱਲ੍ਹ ਹੋਇਆ, ਚਾਹੇ ਉਹ ਪੁਰਾਣਾ ਸਾਰਾ ਗੜੀ ਦਾ ਸਬਜੈਕਟ ਹੈ ਇਤਿਹਾਸ 'ਚ ਸੀ. ਪਰ ਹੋਇਆ ਕੀ ਕਿ ਕਲਚਰ ਦੇ ਨਾਲ ਨਾਲ ਜਿਹੜਾ ਚੇਂਜ ਆਉਂਦਾ ਗਿਆ ਉਹਦੇ 'ਚ ਹਿਸਟਰੀ ਖਤਮ ਹੁੰਦੀ ਗਈ ਸਾਡੀ, ਲੋਕ ਪ੍ਰੈਜ਼ੈਂਟ 'ਚ ਰਹਿਣਾ ਸ਼ੁਰੂ ਕਰ ਗਏ ਨੇ. ਅੱਜ ਕੱਲ੍ਹ ਜਿਹੜੀ ਅਸਲ ਜ਼ਿੰਦਗੀ ਹੈ ਨਾ, ਲੋਕ ਪ੍ਰੈਜ਼ੈਂਟ 'ਚ ਜ਼ਿਆਦਾ ਬਿਲੀਵ ਕਰਦੇ ਨੇ. ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਕਿ ਲੋਕ ਰਿਸ਼ਤਿਆਂ ਨੂੰ ਨਿਭਾਉਣ ਲਈ ਅੰਗਲੀ ਸੰਗਲੀ ਦਾਦੇ ਪੜਦਾਦਿਆਂ ਤੋਂ ਲੈ ਕੇ ਅੱਗੇ ਤੱਕ ਨਿਭਾਉਣ ਦੀ ਸੋਚਦੇ ਸੀ. ਅੱਜ ਕੱਲ੍ਹ ਇੰਨੀ ਲਾਈਫ ਪਰਸਨਲ ਹੋ ਗਈ ਹੈ ਕਿ ਤੇਰੇ ਅਤੇ ਮੇਰੇ 'ਚ ਹੀ ਰਹਿ ਗਈ ਹੈ, ਰਿਜ਼ਰਵ ਰਹਿ ਗਈ ਹੈ. ਉਹਦੇ ਬਹੁਤ ਸਾਰੇ ਕਾਰਨ ਨੇ, ਚਾਹੇ ਅਨਇੰਪਲੋਇਮੈਂਟ, ਮਹਿੰਗਾਈ, ਜੋ ਮਰਜ਼ੀ ਗਿਣੀ ਜਾਓ, ਹੈ ਨਾ, ਵੀ ਅੱਜ ਕੱਲ੍ਹ ਇਕੱਲੇ ਦਾ ਵੀ ਗੁਜ਼ਾਰਾ ਕਰਨਾ ਔਖਿਆ. ਇਹਨਾਂ ਸਭ ਦੇ ਵਿੱਚ ਬੱਚਿਆਂ ਨੂੰ ਸ਼ਿਕਸ਼ਾ ਦੇਣਾ, ਮਤਲਬ ਅੱਜ ਕੱਲ੍ਹ ਤਾਂ ਸਕੂਲ ਭੇਜ ਕੇ ਮਾਂ ਪਿਓ ਕਹਿ ਦਿੰਦੇ ਸਾਡੀ ਡਿਊਟੀ ਖਤਮ, ਬਸ ਆਪੀ ਸਕੂਲ ਵਾਲੇ ਸਿਖਾਉਣ, ਜੇ ਉਹ ਕੁਝ ਨਹੀਂ ਸਿਖਾਉਂਦੇ ਤਾਂ ਅਸੀਂ ਤੁਹਾਨੂੰ ਫੀਸਾਂ ਦਿੰਦੇ ਹਾਂ, ਤੁਸੀਂ ਸਾਨੂੰ ਕਿਉਂ ਨਹੀਂ ਸਿਖਾਉਂਦੇ? ਜਿਹੜੀ ਸਾਡੀ ਪਰਸਨਲ ਜਿਹੜੀ ਜ਼ਿੰਮੇਵਾਰੀ ਹੈ ਨਾ, ਉਹ ਭੁੱਲ ਚੁੱਕੇ ਹਾਂ. ਉਹਦੇ ਕਾਰਨ ਇਹ ਕਮੀਆਂ ਹੋਈਆਂ ਸੀਗੀਆਂ, ਅਤੇ ਪਰ ਇਤਿਹਾਸ ਦੇ ਪੰਨੇ ਫਰੋਲੇ ਗਏ. ਜਿਹੜੀ ਚੀਜ਼ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ 'ਚ ਹੈ, ਜੋ ਹੋਇਆ ਉਹ ਇੱਕ ਦਿਨ ਸਾਹਮਣੇ ਆਉਣਾ ਹੀ ਆਉਣਾ, ਸਾਰਾ ਗੜੀ ਉਹਦਾ ਸਬੂਤ ਹੈ. ਇਹ ਬੜਾ ਚਿਰ ਧੂੜ ਦੇ ਢੇਰ ਦੇ ਹੇਠਾਂ ਦਬੀ ਰਹੀ ਹੈ ਗੱਲ, ਪਰ ਨਹੀਂ,
ਉਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੇ ਉਸ ਧੂੜ ਨੂੰ ਪਰਾਂ ਕੀਤਾ ਅਤੇ ਵਰਲਡ ਵਾਈਡ ਜ਼ਾਹਿਰ ਹੋਇਆ ਅੱਜ ਜਗ ਜ਼ਾਹਿਰ ਹੈ ਅੱਜ। ਗੂਗਲ ਦੇ ਉੱਤੇ ਸਰਚ ਮਾਰ ਲਓ, ਪਹਿਲੀ ਜਿਹੜੀ ਇਹਦੀ ਸਰਚ ਸੀ ਉਹ ਆਈ ਥਿੰਕ ਵੱਧ ਤੋਂ ਵੱਧ 4 ਲੱਖ ਦੀ ਨੇੜੇ ਸੀ, ਅੱਜ 40 ਮਿਲੀਅਨ ਟੱਪੀ ਹੋਈ ਹੈ। ਉਹਦਾ ਕਿਤੇ ਨਾ ਕਿਤੇ ਕਾਰਨ ਇਹ ਸਬਜੈਕਟਾਂ ਨੂੰ ਉਭਾਰਨਾ, ਜਿਹੜਾ ਫਿਲਮ ਇੰਡਸਟਰੀ ਦਾ ਬਹੁਤ ਵੱਡਾ ਹੱਥ ਹੈ। ਥੈਂਕਸ ਅਸੀਂ ਇਹਨਾਂ ਦਾ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸਾਡਾ ਹੀ ਪਿਛੋਕੜ ਦਿਖਾਇਆ, ਸਾਨੂੰ ਸਾਡਾ ਸ਼ੀਸ਼ਾ ਦਿਖਾਉਣ ਦੇ ਵਿੱਚ ਇਹਨਾਂ ਫਿਲਮ ਮੇਕਰਾਂ ਦਾ, ਇਹਨਾਂ ਡਾਇਰੈਕਟਰਾਂ ਦਾ। ਸਮੇਂ ਦੀ ਬਹੁਤ ਵੱਡੀ ਲੋੜ ਵੀ ਸੀ, ਬਟ ਸਮੇਂ ਦੀ ਲੋੜ ਜੀ। ਇਸ ਦੇ ਨਾਲ ਹੀ ਸੈੱਟ 'ਤੇ ਬਹੁਤ ਸਾਰੀਆਂ ਅਜਿਹੀਆਂ ਯਾਦਾਂ ਹੋਣਗੀਆਂ, ਚਾਹੇ ਉਹ ਸ਼ਹੀਦਾਂ ਨੂੰ ਲੈ ਕੇ ਹੋਣ, ਚਾਹੇ ਉਹ ਤੁਹਾਡੀ ਪਰਸਨਲ ਕੁਛ ਐਕਸਪੀਰੀਅੰਸਿਸ ਇੱਦਾਂ ਤਜਰਬੇ ਇੱਦਾਂ ਦੇ ਹੋਣ, ਚਾਹੇ ਅਕਸ਼ੇ ਕੁਮਾਰ ਨਾਲ ਜੁੜੀਆਂ ਕੁਝ ਯਾਦਾਂ ਹੋਣ, ਕੁਝ ਸਾਂਝੀਆਂ ਕਰੋ ਯਾਦ। ਸਭ ਦੀ ਸਭ ਤੋਂ ਪਿਆਰੀ ਯਾਦ ਤਾਂ ਜਿੰਨੀਆਂ ਅਸੀਂ ਅਕਸ਼ੇ ਕੁਮਾਰ ਜੀ ਨਾਲ ਹੈ ਨਾ ਕਰੀਆਂ, ਉਹ ਬਹੁਤ ਫੈਮਿਲੀਅਰ ਨੇ, ਬੜਾ ਸਿੰਪਲ ਸੋਬਰ ਬੰਦਾ ਅਕਸ਼ੇ ਸਰ। ਸਾਡੇ ਨਾਲ ਬੈਠਣਾ, ਚੁਟਕਲੇ ਬਾਜ਼ੀਆਂ ਜਿਹਦੇ 'ਚ ਪੰਜਾਬੀ ਚੁਟਕਲੇ ਵੀ, ਹਰ ਤਰ੍ਹਾਂ ਦੀ ਅਸੀਂ ਹਾਸਾ ਮਖੌਲ ਕਰਦੇ ਸੀ ਹੈ ਨਾ, ਉਹ ਵੀ ਸਾਨੂੰ ਸੁਣਾਉਂਦੇ ਸੀ ਚੁਟਕਲੇ, ਅਸੀਂ ਵੀ ਉਹਨਾਂ ਨੂੰ ਸੁਣਾਉਂਦੇ ਸੀ। ਮੈਨੂੰ ਯਾਦ ਆ ਕਿ ਜਦੋਂ ਅਸੀਂ ਗਾਣਾ ਕਰਦੇ ਪਏ ਸੀ, ਸਾਨੂੰ ਕਹਿੰਦੀ, ਉਹ ਇੱਕ ਐਂਟਰਟੇਨਮੈਂਟ ਸੌਂਗ ਸੀਗਾ, ਉਸ ਤਰ੍ਹਾਂ ਗਣੇਸ਼ ਚਾਰਾ ਜੀ ਦੀ ਟੀਮ ਸੀਗੀ, ਅਤੇ ਸ਼ੂਟਿੰਗਸ ਵਗੈਰਾ ਤੋਂ ਜਦੋਂ ਅਸੀਂ ਫੈਡ ਅਪ ਹੋ ਜਾਂਦੇ ਸੀ ਨਾ, ਫਿਰ ਕ੍ਰਿਕਟ ਖੇਡਦੇ ਆ, ਅਕਸ਼ੇ ਸਰ ਨੂੰ ਕ੍ਰਿਕਟ ਦਾ ਬੜਾ ਸ਼ੌਂਕ ਹੈ, ਫਿਰ ਗਣੇਸ਼ ਚਾਰਾ ਜੀ ਦੀ ਟੀਮ ਅਤੇ ਅਕਸ਼ੇ ਸਰ ਦੀ ਟੀਮ, ਅਸੀਂ ਲਗਾਤਾਰ ਸਾਰੀ ਰਾਤ ਅਤੇ ਸਾਰਾ ਦਿਨ, ਮਤਲਬ ਅਪਰੋਕਸੀਮੇਟਲੀ ਅਸੀਂ 24 ਘੰਟੇ ਦੇ ਨੇੜੇ, 20 ਤੋਂ 22-24 ਘੰਟੇ ਅਸੀਂ ਕ੍ਰਿਕਟ ਖੇਡਿਆ, ਅਤੇ ਉਸ ਦੌਰਾਨ ਇੱਕ ਦੂਜੇ ਨਾਲ ਮਖੌਲ ਹੈ ਨਾ, ਅਕਸ਼ੇ ਸਰ ਦਾ 1 ਮੈਚ 2 ਮੈਚ 3 ਮੈਚ, ਅਤੇ ਅਕਸ਼ੇ ਸਰ ਮੁਰਗ ਬੋਲਦਾ ਨਹੀਂ ਹੈਗਾ, ਅਤੇ ਬਹੁਤ ਸਾਰੀਆਂ ਐਸੀਆਂ ਯਾਦਾਂ ਨੇ ਜਿਹੜੀਆਂ ਦਿਲ 'ਚ ਹੈਗੀਆਂ ਨੇ ਹੈ ਨਾ। ਕ੍ਰਿਕਟ ਅਸੀਂ ਕਿਹੜਾ ਉਹ ਭੁੱਲ ਨਹੀਂ ਸਕਦੇ, ਉਹਨਾਂ ਦਾ ਰੋਬ ਉਹਨਾਂ ਨੇ ਅਜਿਹਾ ਪਾਇਆ ਹੋਇਆ ਸੀ, ਕੋਈ ਬੋਲਦਾ ਨਹੀਂ ਕਿ ਵੈਸੇ ਹੀ ਮਨ ਵਿੱਚ ਰਿਸਪੈਕਟ ਹੈ ਕਿ ਬੜੇ ਵੱਡੇ ਸਟਾਰ ਨੇ, ਨਹੀਂ ਰੋਬ ਕੋਈ ਨਹੀਂ ਹੈਗਾ, ਪਿਆਰ ਬੜਾ ਹੈ। ਉਹ ਇੱਕ ਦੂਜੇ ਨੂੰ, ਮਤਲਬ ਜਿਸ ਤਰ੍ਹਾਂ ਉਹ ਸਾਰੇ ਨੇ ਉਹਨਾਂ ਨੂੰ ਸੁੰਡੀ ਕਹਿੰਦੇ ਆ, ਅਕਸ਼ੇ ਸਰ ਨੂੰ, ਅਕਸ਼ੇ ਸਰ ਨੂੰ ਅੱਕੀ ਇੱਕ ਪ੍ਰੋਫੈਸ਼ਨਲ ਨੇਮ ਹੈ, ਅਕਸ਼ੇ ਕੁਮਾਰ ਇੱਕ ਪ੍ਰੋਫੈਸ਼ਨਲ ਨੇਮ ਹੈ, ਲੇਕਿਨ ਜਿਹੜੇ ਉਹ ਦੋਸਤ ਵਾਲਾ ਸਰਕਲ ਹੈ ਉਹ ਸਾਰਾ ਉਹਨੂੰ ਸੁੰਡੀ ਕਹਿੰਦਾ। ਸੁੰਡੀ ਕੀ ਹੈ ਕਿ ਅਕਸ਼ੇ ਸਰ ਰੋਂਡੀ ਪੀ ਜਾਂਦੇ ਆ ਕਦੇ ਕਦੇ, ਰੋਂਡੀ ਕੀ ਨੇ ਤੁਹਾਡੇ, ਇਹ ਪੰਜਾਬੀ ਆ, ਮਤਲਬ ਜਿਵੇਂ ਆਊਟ ਹੋ ਗਿਆ ਹੈ ਨਾ ਗਣੇਸ਼ ਸਰ, ਕਹਿੰਦੇ ਉਹ ਸੁੰਡੀ ਯਾਰ ਕਿਉਂ ਕਰ ਰਿਹਾ ਯਾਰ, ਆਊਟ ਹੈ, ਕਹਾਂ ਆਊਟ, ਕਹਾਂ ਹੈ, ਚੱਲ ਚੱਲ ਤੂੰ ਖੇਲ ਖੇਲ ਯਾਰ, ਕੋਈ ਆਊਟ ਨਹੀਂ ਹੈ, ਚੱਲ ਚੱਲ ਚੱਲ, ਰੋਂਡੀ ਪੀਟਦੇ, ਰੋਂਡੀ ਹੈ ਕਹਿੰਦੇ ਥੋੜ੍ਹੇ ਜਿਹੇ, ਉਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ, ਅਕਸ਼ੇ ਸਰ ਨੂੰ ਹਾਰ ਬਰਦਾਸ਼ਤ ਨਹੀਂ ਹੈ। ਇਹ ਤਾਂ ਪੰਜਾਬੀਆਂ ਦੇ ਖੂਨ 'ਚ ਹੈ ਨਾ, ਹਾਰ ਸਾਨੂੰ ਬਰਦਾਸ਼ਤ ਨਹੀਂ ਹੁੰਦੀ, ਅਸੀਂ ਜਾਨ ਚਾਹੇ ਗਵਾ ਲਾਂਗੇ ਪਰ ਹਾਰਾਂਗੇ, ਬਰਦਾਸ਼ਤ ਨਹੀਂ ਹੈ। ਅਤੇ ਪਰਸਨਲੀ ਬਹੁਤ ਵਧੀਆ ਇਨਸਾਨ ਨੇ, ਸਾਡੇ ਨਾਲ ਦੋਸਤਾਂ ਦੀ ਤਰ੍ਹਾਂ ਰਹੇ ਨੇ, ਹਰ ਪਲ ਸਾਡੇ ਨਾਲ ਇਕੱਠੇ ਬੈਠ ਕੇ ਖਾਧਾ ਵੀ ਹੈ ਨਾ ਜੀ, ਕੋਈ ਸਟਾਰ ਵਾਲੀ ਫੀਲਿੰਗ ਨਹੀਂ ਹੈਗੀ ਸਾਨੂੰ ਵੀ ਇਹ। ਅੱਛਾ ਉਹਦੇ 'ਚ ਕੀ ਹੈ ਕਿ ਐਜ਼ ਅ ਆਰਟਿਸਟ ਵੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਹਨਾਂ ਤੋਂ, ਮੈਂ ਉਹਨਾਂ ਦੀ ਫਿਟਨੈਸ ਦਾ ਬਹੁਤ ਮਤਲਬ ਇੰਪ੍ਰੈਸ ਹਾਂ, ਉਹਨਾਂ ਦੀ ਪੰਕਚੁਐਲਿਟੀ ਤੋਂ ਬਹੁਤ ਇੰਪ੍ਰੈਸ ਹਾਂ, ਟਾਈਮ 'ਤੇ ਆਉਣਾ, ਟਾਈਮ 'ਤੇ ਸ਼ੂਟਿੰਗ 'ਤੇ ਹੈ ਨਾ, ਸ਼ਾਮ ਛੇ ਸ਼ੁਰੂ ਹੋਣੀ, ਇਹ ਨਹੀਂ ਕੋਈ ਸਟਾਰ ਵਾਲੀ ਫੀਲਿੰਗ ਨਹੀਂ ਵੀ ਮੈਂ ਆਇਆ ਤਾਂ ਬਾਕੀ ਕੰਮ ਬੰਦ ਕਰ ਦਿਉ, ਨਹੀਂ ਜਿਹਦਾ ਕੰਮ ਚੱਲਦਾ ਕਹਿੰਦੇ ਕੰਮ ਕਰੋ, ਮੈਂ ਆਇਆ ਪ੍ਰੋਪਰ ਕੰਮ ਕਰਕੇ ਜਾਣਾ ਹੈ ਨਾ, ਅਤੇ ਵਿੱਚ ਬੈਠਣਾ, ਨਹੀਂ ਤਾਂ 2 ਘੜੀ ਅਗਲਾ ਕਹਿੰਦਾ ਯਾਰ ਨਵੇਂ ਮੁੰਡੇ ਅਸੀਂ ਕਾਹਤੋਂ ਆਰਟਿਸਟ 'ਚ ਬੈਠੇ, ਪਰ ਇੱਦਾਂ ਦੀ ਕੋਈ ਗੱਲ ਨਹੀਂ ਸੀ, ਬਹੁਤ ਹੰਬਲ, ਹੱਸਣਾ ਖੇਡਣਾ ਸਾਨੂੰ ਵੀ ਯੂਜ਼ 'ਚ ਰੱਖਿਆ। ਸਿੱਖਣ ਨੂੰ ਇਹ ਮਿਲਿਆ ਕਿ ਅਸੀਂ ਅਗਰ ਥੋੜ੍ਹਾ ਜਿਹਾ ਵੀ ਕੰਮ ਅੱਜ ਦੀ ਡੇਟ 'ਚ ਕੋਈ ਆਮ ਇਨਸਾਨ ਕਰ ਲੈਂਦਾ ਤਾਂ ਉਹਦੇ 'ਚ ਇੱਕ ਮੈਂ ਆ ਜਾਂਦੀ ਹੈ ਯਾਰ, ਮੈਂ ਹੈ ਨਾ, ਅਸੀਂ ਮੈਂ ਕਹੀ ਜਾਵਾਂ, ਮੈਂ ਐਡੇ ਵੱਡੇ ਪ੍ਰੋਡਕਟ ਦਾ ਹਿੱਸਾ, ਮੈਂ ਐਡਾ ਵੱਡਾ ਸਟਾਰ ਯਾਰ, ਇੰਨੀ ਕੁ ਵੀ ਮੈਂ ਨਹੀਂ ਹੈਗੀ, ਇੰਨਾ ਕੁ ਵੀ ਹੋਮਾ ਨਹੀਂ। ਮੈਨੂੰ ਪਰਸਨਲੀ ਇਹ ਸਿੱਖਣ ਨੂੰ ਮਿਲਿਆ ਵੀ ਜੇ ਉਹ ਬੰਦਾ ਇੰਨਾ ਹੰਬਲ ਹੋ ਸਕਦਾ ਨਾ, ਤਾਂ ਵੀਰੇ ਤੂੰ ਤਾਂ ਜ਼ਮੀਨ ਨਾਲ ਹੀ ਵਿੱਚ ਜਾ,
ਵੇਜਾ ਤੇਰੀ ਕੋਈ ਔਕਾਤ ਨਹੀਂ ਹੈਗੀ, ਉਹਨਾਂ ਨੇ ਸਿਖਾਇਆ ਕਿ ਹੰਬਲ ਰਹੋ ਕਿਸੇ ਵੀ ਲੈਵਲ 'ਤੇ। ਪਰ ਫਿਰ ਵੀ ਬੜੇ ਵੱਡੇ ਪ੍ਰੋਜੈਕਟ ਦਾ ਹਿੱਸਾ ਰਹੇ ਹੋ ਤੁਸੀਂ, ਫਿਲਮ ਕੇਸਰੀ, ਮੈਨੂੰ ਲੱਗਦਾ ਹੈ ਇਹ ਫਿਲਮ ਵੀ ਇਤਿਹਾਸ ਦੇ ਪੰਨਿਆਂ ਵਿੱਚ ਲਿਖੀ ਜਾਵੇਗੀ। ਇਤਿਹਾਸ ਤਾਂ ਹੈ ਹੀ ਹੈ ਇਸ ਫਿਲਮ, ਇਸ ਫਿਲਮ ਨੂੰ ਲੈ ਕੇ ਜਿਹੜਾ ਇਤਿਹਾਸ ਹੈ, ਸਾਰਾਗੜ੍ਹੀ ਦਾ ਇਤਿਹਾਸ ਹੈ, ਜੰਗ ਦਾ ਇਤਿਹਾਸ ਹੈ, ਪਰ ਇਸ ਫਿਲਮ ਨੇ ਵੀ ਇੱਕ ਆਪਣਾ ਮੁਕਾਮ ਹਾਸਲ ਕਰ ਲਿਆ। ਤੁਸੀਂ ਇੱਕ ਬੜੇ ਵੱਡੇ ਪ੍ਰੋਜੈਕਟ ਦਾ ਹਿੱਸਾ ਬਣ ਕੇ ਨਿਕਲੇ ਹੋ, ਆਉਣ ਵਾਲੇ ਕੁਝ ਅਜਿਹੇ ਪ੍ਰੋਜੈਕਟਸ ਜਾਂ ਫਿਰ ਤੁਹਾਨੂੰ ਕੁਝ ਆਫਰਸ ਆਈਆਂ ਹੋਣ ਇਸ ਫਿਲਮ ਤੋਂ ਬਾਅਦ? ਮੈਂ ਦੱਸ ਦਿੰਦਾ ਜੀ, ਮੈਂ ਮੈਡਮ ਨਿਰਮਲ ਰਿਸ਼ੀ ਨੇ, ਮੈਂ ਉਹਨਾਂ ਦਾ ਸਟੂਡੈਂਟ ਹਾਂ, ਮੈਂ ਲੁਧਿਆਣੇ ਤੋਂ ਹੀ ਥੀਏਟਰ ਕਰਦਾ ਰਿਹਾ ਉਹਨਾਂ ਨਾਲ, ਅਤੇ ਸੁਪਨਾ ਹੁੰਦਾ ਸੀ ਜਦੋਂ ਅਸੀਂ ਨਵਾਂ ਨਵਾਂ ਸ਼ੁਰੂ ਕੀਤਾ ਸੀ ਵੀ ਅਸੀਂ ਵੀ ਕਦੇ ਫਿਲਮਾਂ 'ਚ ਜਾਵਾਂਗੇ, ਅਸੀਂ ਵੀ ਇਹਨਾਂ ਲੋਕਾਂ ਨੂੰ, ਸੁਪਨਾ ਹੀ ਹੁੰਦਾ ਸੀ ਵੀ ਦੇਖਾਂਗੇ ਯਾਰ ਇਹਨਾਂ ਲੋਕਾਂ ਨੂੰ ਕਦੇ ਅਕਸ਼ੇ ਕੁਮਾਰ ਨੂੰ ਜਾਂ ਇਹਨਾਂ ਉਹਨਾਂ ਧਰਮਾ ਪ੍ਰੋਡਕਸ਼ਨ, ਜਿਹੜੀਆਂ ਫੀਲਿੰਗਸ ਹੁੰਦੀਆਂ ਨੇ 5-star 'ਚ ਰੱਖਣਾ, ਹੈ ਨਾ, ਅਕੋਮੋਡੇਸ਼ਨ ਐਡੀ ਉਹਨਾਂ ਦੀ ਵਧੀਆ ਸੀ, ਜਿਹੜੀ ਇੱਕ ਰਿਸਪੈਕਟ ਆਰਟਿਸਟ ਵਾਲੀ ਅਤੇ ਇੱਕ ਅਕੋਮੋਡੇਸ਼ਨ, ਹਰ ਚੀਜ਼ ਸਾਨੂੰ ਰਿਲੈਕਸ ਰੱਖਣਾ, ਹੈ ਨਾ, ਅਸੀਂ ਸੋਚਦੇ ਹੁੰਦੇ ਸੀ ਇਹਨਾਂ ਚੀਜ਼ਾਂ ਬਾਰੇ। ਅੱਜ ਉਹ ਮਿਲੀਆਂ ਨੇ, ਇਕੱਲੀਆਂ ਉਹ ਚੀਜ਼ਾਂ ਨਹੀਂ ਮਿਲੀਆਂ, ਸਾਨੂੰ ਇੱਕ ਪਹਿਚਾਣ ਮਿਲੀ ਹੈ, ਉਸ ਪਹਿਚਾਣ ਦੇ ਨਾਲ ਨਾਲ ਸਾਨੂੰ ਇੱਕ ਰਿਸਪੈਕਟ ਮਿਲੀ ਹੈ। ਇਹਦੀ ਬਹੁਤ ਉਦਾਹਰਣਾਂ ਨੇ, ਇੱਕ ਤਾਜ਼ੀ ਉਦਾਹਰਣ ਦਿੰਦਾ, ਕੱਲ੍ਹ ਰਾਤੀ ਅਸੀਂ, ਮੈਂ ਅਤੇ ਮੇਰਾ ਦੋਸਤ, ਅਸੀਂ ਘੁਮਾਰ ਮੰਡੀ 'ਚੋਂ ਆ ਰਹੇ ਸੀਗੇ, ਮੇਰਾ ਮਨ ਕੀਤਾ ਯਾਰ ਇੱਕ ਟੀ ਸ਼ਰਟ ਲੈ ਲਈ, ਹੈ ਨਾ, ਮੈਂ ਇੱਕ ਦੁਕਾਨ 'ਤੇ ਰੁਕ ਗਿਆ, ਦੁਕਾਨ 'ਤੇ ਰੁਕ ਗਿਆ ਅਤੇ ਕੇਸਰੀ ਬਾਰੇ ਗੱਲਾਂ ਚੱਲਦੀਆਂ ਸੀ। ਹੁਣ ਜਿੱਥੇ ਸਾਡੀ ਚੀਜ਼ ਦੀ ਗੱਲ ਚੱਲਦੀ ਹੋਵੇ ਨਾ, ਫਿਰ ਮਨ ਕਰਦਾ ਵੀ ਗੱਲ ਕਰੀਏ, ਅਤੇ ਮੈਂ ਥੋੜ੍ਹਾ ਜਿਹਾ ਹੀ ਮਤਲਬ ਅਜੇ ਗੱਲ ਹੀ ਸ਼ੁਰੂ ਕੀਤੀ ਸੀ, ਕੇਸਰੀ ਦੇਖਿਆ, ਕਹੇ ਹਾਂਜੀ ਭਾਅ ਜੀ ਵਾਹਿਗੁਰੂ, ਉਹਨਾਂ ਦੇ ਮੂੰਹ 'ਚੋਂ ਨਾਂ ਨਿਕਲਿਆ ਵਾਹਿਗੁਰੂ ਜੀ ਬਹੁਤ ਵਧੀਆ ਫਿਲਮ ਸੀਗੀ, ਤੁਸੀਂ ਦੇਖ ਜਾਂਦੇ ਜੀ, ਅਤੇ ਮੈਂ ਉਹਨਾਂ ਨੂੰ ਜਵਾਬ ਦਿੱਤਾ ਵੀ ਸਰ ਵੀ ਮੈਂ ਕੇਸਰੀ ਦਾ ਹਿੱਸਾ। ਮਤਲਬ ਤੁਸੀਂ ਸਮਝ ਨਹੀਂ ਸਕਦੇ, ਦੁਕਾਨਾਂ ਬੰਦ ਕਰਨ ਦਾ ਟਾਈਮ ਸੀ, ਉਹ 10:30 ਦਾ ਟਾਈਮ ਹੋਣਾ, ਬੰਦ ਕਰਕੇ ਚੱਲੇ ਸੀ, ਜਿਹੜੀ ਉਹ ਲੋਕਾਂ ਨੇ ਇੱਜ਼ਤ ਕੀਤੀ ਐਜ਼ ਆਰਟਿਸਟ, ਨਹੀਂ ਮਤਲਬ ਹੱਥ ਫੜ ਕੇ ਜਿਹੜਾ ਚੁੰਮਣ ਲੱਗ ਗਏ ਮੁੰਡੇ, ਹੈ ਨਾ, ਵੀ ਯਾਰ ਭਾਅ ਜੀ ਤੁਸੀਂ ਉਹ ਕੀਤਾ, ਹੈ ਨਾ, ਮੈਂ ਆਪਣੀਆਂ ਫੋਟੋਆਂ ਦਿਖਾਈਆਂ ਦਾੜੀ ਵਾਲੀਆਂ ਸਾਰੀਆਂ, ਅਤੇ ਜਿਹੜਾ ਪਿਆਰ ਉਹਨਾਂ ਨੇ ਦਿੱਤਾ ਨਾ, ਮਤਲਬ ਕਈ ਵਾਰ ਅੱਖਾਂ ਭਰ ਜਾਂਦੀਆਂ ਨੇ। ਵੱਡੀਆਂ ਵੱਡੀਆਂ ਫਿਲਮਾਂ ਕਰਾਂਗੇ, ਔਫਰਸ ਨੇ, ਹੁਣ ਐਜ਼ ਅ ਲੀਡ ਵੀ ਤੁਸੀਂ ਮੈਨੂੰ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਦੇਖੋਗੇ ਫਿਲਮਾਂ 'ਚ, ਪੰਜਾਬੀ 'ਚ ਔਫਰਸ ਬਹੁਤ ਨੇ। ਹਾਂ ਉਹ ਕੰਮ ਕਰਾਂਗੇ ਅਸੀਂ, ਕਮਰਸ਼ੀਅਲ ਜਿਹੜਾ ਕਰਦੇ, ਪਰ ਜਿਹੜਾ ਸਕੂਨ, ਜਿਹੜੀ ਇੱਜ਼ਤ ਸਾਨੂੰ ਕੇਸਰੀ ਨੇ ਬਖਸ਼ੀ ਹੈ, ਅਤੇ ਚਲੋ ਵਾਹਿਗੁਰੂ ਕਰੇ ਹੈ ਜੀ ਸਾਨੂੰ ਹੋਰ ਇੱਜ਼ਤ ਮਿਲੇ ਕਦੋਂ, ਪਰ ਮੁਸ਼ਕਿਲ ਹੈ ਵੀ ਆਜ ਸ਼ਾਇਦ ਨਾ ਮਿਲੇ ਦੁਆਰਾ, ਪਰਮਾਤਮਾ ਕਰੇ ਬਿਲਕੁਲ ਮਿਲੇ ਆਉਣ ਵਾਲੇ ਸਮੇਂ ਦੇ ਵਿੱਚ। ਜਿਹੜੀ ਤੁਹਾਡੀ ਤੁਸੀਂ ਆਪਣੇ ਲੁਕਸ ਦੀ ਗੱਲ ਕੀਤੀ ਹੈ, ਦਾੜੀ ਜਾਂ ਫਿਰ ਕੇਸ ਕੀ, ਤਾਂ ਉਹ ਉਹਦੇ 'ਤੇ ਵੀ ਬੜੀ ਮਿਹਨਤ ਲੱਗਦੀ ਹੈ, ਅਤੇ ਇਹ ਬਾਲ ਜਿਹੜੇ ਨੇ ਵਧਾਉਣ ਦੇ ਵਿੱਚ, ਦਾੜੀ ਵਧਾਉਣ ਦੇ ਵਿੱਚ ਇਹ ਕਿੰਨਾ ਸਮਾਂ ਲੱਗ ਗਿਆ ਸੀ ਉਸ ਪਹਿਰਾਵੇ ਦੇ ਵਿੱਚ, ਉਸ ਬਾਣੇ ਦੇ ਵਿੱਚ ਆਉਣ ਦੇ ਲਈ? July 2017 ਦੀ ਗੱਲ ਹੈ, ਜਦੋਂ ਆਡੀਸ਼ਨਸ ਹੋਏ ਸੀ ਚੰਡੀਗੜ੍ਹ, ਮੈਂ ਉੱਥੇ ਆਡੀਸ਼ਨ ਦਿੱਤਾ ਸੀ। ਜਿਸ ਤਰ੍ਹਾਂ ਹੀ ਮੈਂ ਆਡੀਸ਼ਨ ਦਿੱਤਾ ਸੀ, ਉਸੇ ਟਾਈਮ ਹੀ ਕਾਸਟਿੰਗ ਡਾਇਰੈਕਟਰ ਨੇ ਮੈਨੂੰ ਕਹਿਤਾ ਸੀ ਵੀ ਵਿਕਰਮ ਜੀ ਹੁਣ ਤੁਸੀਂ ਦਾੜੀ ਨਾ ਕਟਾਇਓ, ਅਤੇ ਮੈਂ ਕਿਹਾ ਜੀ ਠੀਕ ਹੈ। ਇੱਕ ਹਫ਼ਤਾ ਜਾਂ 10 ਦਿਨ ਬਾਅਦ ਧਰਮਾ ਪ੍ਰੋਡਕਸ਼ਨ ਤੋਂ ਫੋਨ ਆ ਗਿਆ ਸੀ ਵੀ ਸਰ ਦਾੜੀ ਤਾਂ ਕਟਾਉਣੀ ਨਹੀਂ ਕਟਾਉਣੀ, ਨਾਲ ਤੁਸੀਂ ਕੇਸ ਵੀ ਨਹੀਂ ਕਟਾਉਣੇ। ਇੱਕ ਤਾਂ ਇਹ ਜਿਨ੍ਹਾਂ ਦਾ ਅਸੀਂ ਕਿਰਦਾਰ ਕਰਨਾ, ਉਹਨਾਂ ਦੀ ਪਵਿੱਤਰਤਾ ਲਈ ਇਹ ਬਹੁਤ ਜ਼ਰੂਰੀ ਸੀ, ਉਹ ਸਾਬਤ ਸੂਰਤ ਸੀਗੇ ਸਾਰੇ, ਸੋ ਚਾਹੇ ਅਸੀਂ ਕਿਰਦਾਰ ਹੀ ਕਰਨਾ ਸੀ, ਲੇਕਿਨ ਸਾਨੂੰ ਉਹ ਫੀਲ ਹੋਣੀ ਚਾਹੀਦੀ ਸੀ, ਜ਼ਰੂਰੀ ਸੀ ਉਸ ਬਾਣੇ ਦੇ ਵਿੱਚ, ਉਸ ਬਾਣੇ ਦੇ ਵਿੱਚ ਆਉਣ ਲਈ ਉਹ ਜ਼ਰੂਰੀ ਸੀ ਕਿ ਸਾਨੂੰ ਕਿਵੇਂ ਸਾਂਭਣਾ ਹੈ, ਦਾੜੀ ਦੀ ਕਿਵੇਂ ਸਾਂਭ ਸੰਭਾਲ ਕਰਨੀ ਹੈ, ਓਇਲਿੰਗ ਕਰਨੀ, ਵਾਹੁਣਾ, ਉਹ ਸਾਰੀਆਂ ਚੀਜ਼ਾਂ ਕਿਉਂਕਿ ਫਿਲਮ 'ਚ ਯੂਜ਼ ਹੋਈਆਂ ਨੇ, ਤਾਂ ਅਸੀਂ ਯੂਜ਼ ਟੂ ਹੋਣੇ ਚਾਹੀਦੇ ਸੀ ਉਸ ਚੀਜ਼ ਦੇ, ਵੀ ਇਰੀਟੇਸ਼ਨ ਨਾ ਹੋਵੇ, ਕੁਛ ਨਾ ਹੋਵੇ। ਇਸ ਚੀਜ਼ ਲਈ ਪਹਿਲਾਂ ਹੀ ਉਹਨਾਂ ਦਾ ਸਾਰਾ ਪ੍ਰੀ ਪਲੈਨ ਸੀ, ਵਰਕ ਕੀਤਾ ਹੋਇਆ ਸੀ ਕਿ ਉਹਨਾਂ ਨੂੰ ਓਰਿਜਨਲ ਲੈ ਕੇ ਆਉਣਾ, ਸੋ ਉਦੋਂ ਤੋਂ ਸ਼ੁਰੂ ਕੀਤਾ ਸੀ ਅਸੀਂ। ਹਰ ਹਫ਼ਤੇ ਫਿਰ ਸਾਡੇ ਲੁੱਕ ਲਈ, ਸਾਡੀਆਂ ਪਿਕਚਰ, ਸਾਡੇ ਲੁੱਕ ਟੈਸਟ ਉਹਨਾਂ ਕੋਲ ਪਹੁੰਚਦੇ ਸੀ ਬਾਈ ਮੇਲ, ਬਾਈ ਵਟਸਐਪ, ਸਾਨੂੰ ਆਪਣੀਆਂ ਪਿਕਸ ਉਹਨਾਂ ਨੂੰ ਭੇਜਣੀਆਂ ਪੈਂਦੀਆਂ ਸੀ, ਫਿਰ ਉਹ ਸਾਡੀ ਗਰੋਥ ਦੇਖਦੇ ਸੀ, ਕਿਉਂਕਿ ਉਹਨਾਂ ਨੇ ਇਹ ਦੇਖਣਾ ਸੀ ਵੀ ਜਦੋਂ ਉਸ ਗਰੋਥ 'ਚ ਆ ਜਾਣ ਫਿਰ ਅਸੀਂ ਸ਼ੂਟਿੰਗ ਸ਼ੈਡਿਊਲ ਸ਼ੁਰੂ ਕਰ ਲਈਏ। 1.5 ਸਾਲ ਅਸੀਂ ਉਹਦੇ ਲਈ, ਸਾਰਿਆਂ ਨੇ ਜਿੰਨੇ ਕਰੈਕਟਰ ਨੇ ਉਹਨਾਂ ਨੇ ਕੇਸ ਵਧਾਏ, ਦਾੜੀ ਵਧਾਈ,
ਉਹਦੇ ਯੂਜ਼ ਟੂ ਹੋ ਗਏ ਸੀ ਫਿਰ ਅਸੀਂ ਪਹਿਲਾਂ ਪਹਿਲਾਂ ਤਾਂ ਅਸੀਂ ਵੀ ਤੰਗ ਕਿਉਂਕਿ ਰੱਖ ਭਾਵੇਂ ਸਰਦਾਰਾਂ ਦੇ ਮੁੰਡੇ ਵਾਲ ਕਟਾਇਆ ਨੂੰ ਬੜਾ ਚਿਰ ਹੋ ਗਿਆ ਸੀ ਅਤੇ ਸ਼ੁਰੂ ਸ਼ੁਰੂ 'ਚ ਫਿਰ ਅਸੀਂ ਓਰਿਜਿਨਲ ਲੁੱਕ ਇੱਦਾਂ ਦੀ ਹੈ ਸ਼ੁਰੂ ਸ਼ੁਰੂ 'ਚ ਹੋਇਆ ਫਿਰ ਯੂਜ਼ ਟੂ ਹੋ ਗਏ ਸਾਨੂੰ ਇਹ ਸੈੱਟ 'ਤੇ ਜਾ ਕੇ ਪਤਾ ਲੱਗੇ ਵੀ ਇਹ ਚੀਜ਼ਾਂ ਕਿਉਂ ਚਾਹੀਦੀਆਂ ਸੀ ਕੱਪੜਿਆਂ ਵਿੱਚ ਉਸ ਫੀਲ ਦੇ ਵਿੱਚ ਬਹੁਤ ਜ਼ਰੂਰੀ ਸੀ ਫਿਰ ਉਹ ਲੁੱਕ ਹੋਈ ਕੰਪਲੀਟ ਫਿਰ ਸ਼ੂਟਿੰਗ ਸ਼ੈਡਿਊਲ ਦੇ ਵਿੱਚ ਜਦੋਂ ਪਹੁੰਚੇ ਫਿਰ ਟ੍ਰੇਨਿੰਗ ਦੇ ਵਿੱਚ ਸਾਨੂੰ ਪੱਗ ਬੰਨਣੀ ਸਿਖਾਈ ਮੇਜਰ ਪਾਰਟ ਉਹ ਯੂਨੀਫਾਰਮ ਉਹ ਸ਼ੂਜ਼ ਉਹ ਪੱਟੀਆਂ ਜਿਹੜੀਆਂ ਬੰਨਦੇ ਨੇ ਅੱਜ ਨਹੀਂ ਬੰਨਦੇ ਉਹ ਉਹਨਾਂ 'ਚ ਰਹਿਣਾ ਉਸ ਗਰਮੀ 'ਚ ਰਹਿਣਾ ਉਸ ਯੂਨੀਫਾਰਮ 'ਚ ਅਤੇ ਉਸ ਪੱਗ 'ਚ ਅੱਜ ਕੱਲ੍ਹ ਦੀ ਜਿਹੜੀ ਪੱਗ ਹੈ ਮੁੰਡੇ ਬੰਨਦੇ ਨੇ ਉਹ ਵੱਧ ਤੋਂ ਵੱਧ 5 ਜਾਂ 6 ਮੀਟਰ ਦੀ ਪੱਗ ਹੁੰਦੀ ਹੈ ਉਹ 13 ਤੋਂ 14 ਮੀਟਰ ਦੀ ਇਕੱਲੀ ਪੱਗ ਹੁੰਦੀ ਸੀ ਉਹਦੇ ਥੱਲੇ 3 ਤੋਂ 4 ਮੀਟਰ ਦਾ ਬੇਸ ਹੁੰਦਾ ਪਹਿਲਾਂ ਬੇਸ ਬੰਨਿਆ ਜਾਂਦਾ 2-3 ਮੀਟਰ ਦਾ ਫਿਰ ਉਸ ਤੋਂ ਉੱਤੇ 13 ਮੀਟਰ ਦੀ ਪੱਗ ਉਹਦੇ ਉੱਤੇ ਕੜਾ ਬਹੁਤ ਹੈਵੀ ਪੱਗ ਹੁੰਦੀ ਸੀ ਬਹੁਤ ਹੈਵੀ ਪੱਗ ਹੁੰਦੀ ਸੀ ਸ਼ੁਰੂ ਸ਼ੁਰੂ 'ਚ ਅਸੀਂ ਬੰਨੀ ਸਿਰ ਦੁਖਣ ਲੱਗ ਜਾਣੇ ਇੰਨੀ ਭਾਰੀ ਪੱਗ ਪਰ ਉਹਦਾ ਕਾਰਨ ਸੀ ਸਾਨੂੰ ਉਹਨਾਂ ਦੇ ਯੂਜ਼ ਟੂ ਕਰਨ ਦਾ ਉਸ ਸਮੇਂ ਵੀ ਉਹਨਾਂ ਪੱਗਾਂ ਨੂੰ ਬੰਨਣ ਦਾ ਕਾਰਨ ਸੀ ਉਸ ਕੜੇ ਦਾ ਕਾਰਨ ਸੀ ਉਹ ਬਿਨਾਂ ਮਤਲਬ ਕੋਈ ਚੀਜ਼ ਨਹੀਂ ਸੀ ਮਤਲਬ ਸੋਸ਼ਲੀ ਜਾਂ ਸਟਾਈਲ ਲਈ ਨਹੀਂ ਸੀਗੀ ਐਡੀ ਵੱਡੀ ਪੱਗ ਅਤੇ ਕੜੇ ਦਾ ਇੱਕੋ ਹੀ ਕਾਰਨ ਸੀ ਕਿ ਉਦੋਂ ਜ਼ਿਆਦਾਤਰ ਲੜਾਈਆਂ ਹੈਂਡ ਟੂ ਹੈਂਡ ਹੁੰਦੀਆਂ ਸੀ ਕਿ ਅਗਰ ਕੋਈ ਦੁਸ਼ਮਣ ਜਦੋਂ ਕੋਈ ਦੁਸ਼ਮਣ ਤੁਹਾਡੇ ਸਿਰ 'ਤੇ ਕੋਈ ਕਿਰਪਾਨ ਮਾਰੇ ਕੋਈ ਹਥਿਆਰ ਮਾਰੇ ਤੁਹਾਡੀ ਇੰਜਰੀ ਨਾ ਹੋਵੇ ਉਹ ਕੜਾ ਉਹਨਾਂ ਨੂੰ ਰੋਕਦਾ ਸੀ ਉਹ ਪੱਗ ਸੇਫਟੀ ਲਈ ਹੁੰਦੀ ਸੀ ਕਿਉਂਕਿ ਇੱਕ ਸੀਨ ਦੇ ਵਿੱਚ ਜਦੋਂ ਅਕਸ਼ੇ ਕੁਮਾਰ ਨੂੰ ਗੋਲੀ ਲੱਗਦੀ ਹੈ ਤਾਂ ਪੱਗ ਕਰਕੇ ਬਚਾ ਹੋ ਜਾਂਦਾ ਸੋ ਉਹ ਚੀਜ਼ਾਂ ਲਈ ਫਿਰ ਉਹ ਤਾਂ ਯੂਜ਼ ਟੂ ਹੋਣਾ ਬਹੁਤ ਐਡੀ ਭਾਰੀ ਪੱਗ ਲੈ ਕੇ ਫਾਈਟ ਕਰਨਾ ਭੱਜਣਾ ਇੱਧਰ ਉੱਧਰ ਸ਼ੂਟਿੰਗ ਕਰਨੀ ਹੈ ਨਾ ਲੜਾਈ ਕਰਨੀ ਜਿਵੇਂ ਅਸੀਂ ਪਰਸਨਲੀ ਸਾਡਾ ਸੀਕੁਐਂਸ ਜਿਹੜਾ ਸਭ ਤੋਂ ਵੱਡਾ ਫਾਈਟ ਸੀਕੁਐਂਸ ਸੀਗਾ ਸਾਡਾ ਉਹ ਸੀਗਾ ਜਦੋਂ ਉਹਨਾਂ ਦੇ ਨਾ ਸਾਰੇ ਹਥਿਆਰ ਮੁੱਕ ਜਾਂਦੇ ਨੇ ਗੋਲੀਆਂ ਮੁੱਕ ਜਾਂਦੀਆਂ ਸਿਰਫ 2 ਰਾਊਂਡ ਰਹਿ ਜਾਂਦੇ ਫਿਰ ਉਹ 5 ਜਣੇ ਗੇਟ ਤੋਂ ਬਾਹਰ ਆ ਕੇ ਹੈਂਡ ਟੂ ਹੈਂਡ ਫਾਈਟ ਲੜਦੇ ਆ ਸਾਰਿਆਂ ਨਾਲ ਫਿਰ ਸਾਨੂੰ ਉਦੋਂ ਪਤਾ ਲੱਗਿਆ ਸੀ ਵੀ ਇਸ ਪੱਗ ਨੂੰ ਬੰਨ ਕੇ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹਦੇ ਨਾਲ ਆ ਕੇ ਹੈਂਡ ਟੂ ਹੈਂਡ ਕਿਰਪਾਨ ਨਾਲ ਲੜਨਾ ਉਹਦੇ ਨਾਲ ਉਹ ਸਭ ਟ੍ਰੇਨਿੰਗ ਦਾ ਹਿੱਸਾ ਬਣਿਆ ਸੀ ਉਹ ਜਿਹੜੀ ਟ੍ਰੇਨਿੰਗ ਮੇਨ ਉਹਦੀ ਦਿੱਤੀ ਗਈ ਸੀਗੀ ਫਾਈਟ ਉਹ ਸਭ ਸਾਨੂੰ ਬਾਅਦ 'ਚ ਸਮਝ ਆਇਆ ਸੀ ਪਹਿਲਾਂ ਸੋਚਦੇ ਸੀ ਯਾਰ ਇੰਨਾ ਹਾਰਡ ਇਟਸ ਅ ਫਿਲਮ ਜਸਟ ਹੈ ਨਾ ਵੀ ਤੁਸੀਂ ਸਾਨੂੰ ਉੰਨੀ ਟ੍ਰੇਨਿੰਗ ਦੇ ਲਓ ਪਰ ਫਿਰ ਸ਼ੂਟਿੰਗ ਸ਼ੈਡਿਊਲ 'ਤੇ ਸਮਝ ਆਇਆ ਕਿ ਸਾਨੂੰ ਗਰਮੀ 'ਚ ਕਿਉਂ ਖੜਾਇਆ ਜਾਂਦਾ ਸੀ ਸਾਨੂੰ ਧੁੱਪੇ 5-5 ਘੰਟੇ ਕਿਉਂ ਖੜਾਇਆ ਜਾਂਦਾ ਸੀ ਯੂਨੀਫਾਰਮ ਪਾ ਕੇ ਕਿਉਂ ਖੜਾਇਆ ਜਾਂਦਾ ਸੀ ਅਸੀਂ ਕਹਿੰਦੇ ਸੀ ਆਮ ਨੋਰਮਲ ਪਜਾਮੇ ਟੀਸ਼ਰਟਾਂ 'ਚ ਕਰ ਲੈਂਦੇ ਹਾਂ ਟ੍ਰੇਨਿੰਗ ਹੀ ਕਰਨੀ ਨਹੀਂ ਯੂਨੀਫਾਰਮ 'ਚ ਕਰਨੀ ਹੈ ਪੱਗ ਬੰਨ ਕੇ ਕਰਨੀ ਹੈ ਉਹ ਸਾਨੂੰ ਉਦੋਂ ਸਮਝ ਆਇਆ ਜਦੋਂ ਸਾਰਾ ਸਾਰਾ ਦਿਨ ਅਸੀਂ ਧੁੱਪੇ ਖੜਦੇ ਸੀ ਕਿਲੇ ਦੇ ਉੱਤੇ ਛੱਤ 'ਤੇ ਫਾਈਟ ਕਰਦੇ ਸੀ ਫਿਰ ਉਹ ਚੀਜ਼ਾਂ ਦੇ ਅਸੀਂ ਯੂਜ਼ ਟੂ ਹੋਏ ਸੀ ਅਤੇ ਸਾਡਾ ਫੋਕਸ ਸਿਰਫ ਸਾਡੇ ਕੰਮ 'ਤੇ ਰਹਿੰਦਾ ਸੀ ਤੋ ਕੁਝ ਵੀ ਫਾਲਤੂ ਨਹੀਂ ਸੀ ਫਿਲਮ 'ਚ ਸਭ ਕੁਝ ਪਲੈਨਡ ਸੀ ਅਤੇ ਪ੍ਰੋਫੈਸ਼ਨਲ ਸੀ ਅਤੇ ਬਹੁਤ ਵਧੀਆ ਸੀ ਚਲੋ ਕੇਸਰੀ ਫਿਲਮ ਦੀ ਸਕਸੈਸ ਗ੍ਰੈਂਡ ਸਕਸੈਸ ਹੀ ਕਹੂੰਗੀ ਮੈਂ ਤਾਂ ਇਸ ਸਕਸੈਸ ਨੂੰ ਲੈ ਕੇ ਤੁਹਾਨੂੰ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਕਰੇ ਆਉਣ ਵਾਲੇ ਪ੍ਰੋਜੈਕਟਸ ਤੁਹਾਡੇ ਅਜਿਹੇ ਹੀ ਹੋਣ ਜਿਸ ਨਾਲ ਤੁਹਾਨੂੰ ਹੋਰ ਮਾਣ ਸਤਿਕਾਰ ਮਿਲੇ ਤਾਂ ਇਸੇ ਤਰ੍ਹਾਂ ਸਾਰਾ ਗੜੀ ਦੀ ਜੰਗ ਦਾ ਇਤਿਹਾਸ 21 ਸਿੰਘ ਜਿਨ੍ਹਾਂ ਨੇ ਹਜ਼ਾਰਾਂ ਦੀ ਫੌਜ ਨੂੰ ਹਜ਼ਾਰਾਂ ਅਫਗਾਨਾਂ ਦੀ ਫੌਜ ਨੂੰ ਜਿਹੜਾ ਮਾਰ ਗਿਰਾਇਆ ਆਪਣੇ ਆਖਰੀ ਦਮ ਤੱਕ ਆਪਣੇ ਆਖਰੀ ਸਾਹ ਤੱਕ ਉਹ ਦੇਸ਼ ਦੀ ਜਿਹੜਾ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਜਾਂ ਫਿਰ ਆਪਣੇ ਆਪ ਨੂੰ ਸ਼ਹੀਦ ਕਰਵਾਉਣ ਦੇ ਲਈ ਉਹਨਾਂ ਨੇ ਕੋਈ ਵੀ ਕਸਰ ਨਹੀਂ ਛੱਡੀ ਇਤਿਹਾਸ ਇਸ ਇਤਿਹਾਸ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਆਪਣੇ ਬੱਚਿਆਂ ਨੂੰ ਇਸ ਬਾਰੇ ਜ਼ਰੂਰ ਜਾਣੂ ਕਰਵਾਓ ਕਿਉਂਕਿ ਇਹ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਨੇ ਇਸੇ ਦੇ ਸਦਕਾ ਅੱਜ ਅਸੀਂ ਸੁੱਖ ਦਾ ਸਾਹ ਲੈ ਰਹੇ ਹਾਂ ਅਸੀਂ ਇੰਡੀਪੈਂਡੈਂਟਲੀ ਅਤੇ ਪੂਰੀ ਰਿਸਪੈਕਟ ਦੇ ਨਾਲ ਸਮਾਜ ਵਿੱਚ ਘੁੰਮ ਰਹੇ ਹਾਂ ਡੇਲੀ ਪੋਸਟ ਪੰਜਾਬੀ ਦੀ ਇਸ ਪੇਸ਼ਕਸ਼ ਫਿਲਹਾਲ ਬਸ ਇਹਨਾਂ ਹੀ ਕੈਮਰਾਮੈਨ ਸ਼ੈਂਕੀ ਦੇ ਨਾਲ ਸੁਮਨ ਜੇਟਲੀ ਡੇਲੀ ਪੋਸਟ ਪੰਜਾਬੀ ਲੁਧਿਆਣਾ ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ
ਅਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ। SDS ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ। ਮਿਲੋ ਸਾਡੀ ਐਕਸਪਰਟ ਪਿਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ, ਜਿਹਨੂੰ 14 ਸਾਲ ਅਤੇ 25,000 ਐਪਲੀਕੇਸ਼ਨਸ ਦਾ ਤਜਰਬਾ ਹੈ।